ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਬਹੁਤ ਹੀ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਾਰਿਆਂ ਦਾ ਮਨਪਸੰਦੀਦਾ ਪ੍ਰੋਗਰਾਮ। ਹਜੇ ਮੈਂ ਕਹਿਣਾ ਸੀਗਾ ਵੀ ਸ਼ੋਅ ਦਾ ਕੀ ਨਾਮ ਹੈ, ਕੀ ਨਾਮ ਹੈ? ਸੋ ਅੱਜ ਅਸੀਂ ਆਏ ਹਾਂ ਜੀ ਮਾਝਾ ਬੈਲਟ ਦੇ ਵਿੱਚ। ਸੋ ਮਾਝੇ ਤੋਂ ਹਮੇਸ਼ਾ ਹੀ ਬਹੁਤ ਪਿਆਰ, ਬਹੁਤ ਸਤਿਕਾਰ ਔਰ ਬਹੁਤ ਹੌਸਲਾ ਮਿਲਿਆ। ਸੋ ਜ਼ੋਰਦਾਰ ਤਾੜੀਆਂ ਆਪਣੇ ਲਈ। ਬਹੁਤ ਹੀ ਸ਼ਾਨਦਾਰ ਕੈਂਪਸ, ਮਾਈ ਭਾਗੋ ਗਵਰਨਮੈਂਟ ਪੋਲੀਟੈਕਨਿਕ ਕਾਲਜ ਫੋਰ ਗਰਲਸ ਅੰਮ੍ਰਿਤਸਰ। ਸੋ ਮਾਈ ਭਾਗੋ ਜੀ ਦੇ ਨਾਂ ਦੇ ਉੱਤੇ ਇਹ ਕਾਲਜ ਹੈਗਾ ਔਰ ਮੇਰੀ ਪੂਰੀ ਦਿਲੋਂ ਇਹ ਅਰਦਾਸ ਹੈ ਔਰ ਉਮੀਦ ਹੈ ਕਿ ਇੱਥੋਂ ਦੀਆਂ ਜਿਹੜੀਆਂ ਬੱਚੀਆਂ ਪੜ੍ਹ ਰਹੀਆਂ ਨੇ, ਵਿਦਿਆਰਥਣਾਂ ਪੜ੍ਹ ਰਹੀਆਂ ਨੇ, ਉਹ ਮਾਈ ਭਾਗੋ ਜੀ ਦੇ ਸਿਖਾਏ ਹੋਏ ਮਾਰਗ ਦੇ ਉੱਤੇ ਚੱਲਣ, ਆਪਣੇ ਕੰਮ ਦੇ ਉੱਤੇ ਫੋਕਸ ਹੋਣ ਔਰ ਆਪਣੇ ਪੇਰੈਂਟਸ ਦੇ ਸੁਪਨੇ ਪੂਰੇ ਕਰਨ। ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਮੇਰੇ ਵੱਲੋਂ ਸ਼ੁਭਕਾਮਨਾਵਾਂ ਅਤੇ ਮੁਬਾਰਕਾਂ। ਚਲੋ ਜੀ, ਸਾਡਾ ਅੱਜ ਦਾ ਕੰਟੀਨੀ ਮੰਡੀਰ ਸਪੈਸ਼ਲ ਐਪੀਸੋਡ ਹੈ ਕਿਉਂਕਿ ਪ੍ਰੋ ਇਸ ਸਪੋਂਸਰ ਸਾਡੇ ਨਾਲ ਜੁੜਿਆ। ਕੰਟੀਨੀ ਮੰਡੀਰ ਇਜ਼ ਬਰੋਟ ਟੂ ਯੂ ਬਾਏ ਪ੍ਰੋਇਸ। ਜਿਹੜੀ ਸਾਡੀ ਰੈਗੂਲਰ ਲਾਈਫ ਹੁੰਦੀ ਹੈ ਉਹ ਅਸੀਂ ਸਾਰੇ ਜਾਣਦੇ ਹਾਂ ਜੀ, ਬੜੀ ਬੋਰਿੰਗ ਜੀ ਹੁੰਦੀ ਹੈ, ਮੋਰਨਿੰਗ ਟੂ ਈਵਨਿੰਗ। ਪਰ ਜਦੋਂ ਗੱਲ ਚੱਲੇ ਐਕਸਲ ਲਾਈਫ ਦੀ ਤਾਂ ਸਾਨੂੰ ਖੁੱਲ੍ਹ ਕੇ ਜੀਣ ਦੀ ਲਾਈਫ ਦੀ ਗੱਲ ਹੁੰਦੀ ਹੈ, ਆਪਣੇ ਪੈਸ਼ਨ ਫੋਲੋ ਕਰਨ ਦੀ ਗੱਲ ਚੱਲਦੀ ਹੈ। ਸੋ ਸਾਰੇ ਜਣਿਆਂ ਨੂੰ ਆਪਣੇ ਪੈਸ਼ਨ ਫੋਲੋ ਕਰਨੇ ਚਾਹੀਦੇ ਨੇ ਔਰ ਖੁੱਲ੍ਹ ਕੇ ਜੀਣਾ ਚਾਹੀਦਾ। ਸੋ ਐਕਸਲ ਲਾਈਫ ਦੀ ਅੱਜ ਗੱਲ ਹੋਏਗੀ ਜੀ ਪ੍ਰੋ ਇਜ਼ ਗੋ ਐਕਸਲ ਦੇ ਨਾਲ, ਕਿਉਂਕਿ ਪ੍ਰੋ ਇਜ਼ ਗੋ ਐਕਸਲ ਹੈਗਾ ਜੀ ਰੈਗੂਲਰ ਦੇ ਨਾਲੋਂ ਜ਼ਿਆਦਾ ਵਧੀਆ। ਤੁਹਾਡੀਆਂ ਦੁਆਵਾਂ, ਤੁਹਾਡੇ ਪਰਿਵਾਰ ਦੇ ਆਸ਼ੀਰਵਾਦ ਨਾਲ ਕੰਮ ਚੱਲਦਾ ਔਰ ਮੇਰੀ ਦਿਲੋਂ ਕੋਸ਼ਿਸ਼ ਹੁੰਦੀ ਹੈ ਕਿ ਵੱਡੇ ਕਾਲਜਾਂ ਦੇ ਨਾਲ ਨਾਲ ਅੰਮ੍ਰਿਤਸਰ ਜਿੱਦਾਂ ਮਾਝਾ ਬੈਲਟ ਬਾਰਡਰ ਹੋ ਗਈ ਜੀ, ਉਸ ਤੋਂ ਬਾਅਦ ਫਾਜ਼ਿਲਕਾ ਫਿਰੋਜ਼ਪੁਰ ਵਾਲੀ ਸਾਈਡ ਹੈ, ਇਹਨਾਂ ਦੇ ਜਿਹੜੇ ਕਾਲਜ ਹੈਗੇ ਨੇ ਇਹ ਮੈਂ ਜ਼ਰੂਰ ਕਵਰ ਕਰਾਂ ਕਿਉਂਕਿ ਹਰੇਕ ਤਰ੍ਹਾਂ ਦੇ ਰੰਗ ਪੰਜਾਬ ਦੇ ਵਿੱਚ, ਹਰੇਕ ਤਰ੍ਹਾਂ ਦੇ ਰੰਗ ਨੇ ਔਰ ਹਰੇਕ ਤਰ੍ਹਾਂ ਦੇ ਬੱਚਿਆਂ ਦੇ ਅੰਦਰ ਟੈਲੈਂਟ ਹੈ। ਪਰਮਾਤਮਾ ਨੇ ਸਾਨੂੰ ਭੇਜਿਆ, ਸਾਰਿਆਂ ਦੇ ਅੰਦਰ ਤੁਹਾਡੇ ਟੈਲੈਂਟ ਹੈਗਾ। ਸੋ ਤੁਹਾਡਾ ਟੈਲੈਂਟ ਟੀਵੀ ਤੱਕ ਪਹੁੰਚੇ, ਤੁਹਾਡੇ ਦੋਸਤਾਂ ਮਿੱਤਰਾਂ ਤੱਕ ਪਹੁੰਚੇ, ਰਿਸ਼ਤੇਦਾਰਾਂ ਤੱਕ ਪਹੁੰਚੇ, ਇਹੀ ਮੋਟਿਵ ਹੈ ਜੀ ਸ਼ੋਅ ਦਾ। ਤੇ ਕੀ ਨਾਂ ਕੀ ਤੁਹਾਡਾ? ਮੇਰਾ ਨਾਮ ਨੇਹਾ। ਨੇਹਾ ਕਿੱਥੋਂ? ਮਜੀਠੇ ਤੋਂ। ਅੱਛਾ, ਮਜੀਠੇ ਤੋਂ। ਹਾਂਜੀ, ਠੀਕ ਹੈ ਠੀਕ ਹੈ। ਮਾਝਾ ਬੈਲਟ ਤੁਹਾਡੀ ਵਧੀਆ, ਬੋਲੀ ਤੁਹਾਡੀ ਬੜੀ ਖੜਵੀ ਜੀ ਹੈ ਨਾ ਸਰ, ਇਦਾਂ ਹੀ ਆ ਨਾ ਫਿਰ ਖਿੱਚ ਕੇ ਰੱਖਿਆ ਕਰੋ ਕੰਮ। ਹਾਂਜੀ ਹਾਂਜੀ, ਪੂਰਾ ਪੂਰਾ। ਪਰਿਵਾਰ ਚ ਕੌਣ ਕੌਣ? ਮੰਮੀ, ਪਾਪਾ, ਸਿਸਟਰ ਤੇ ਜੀ। ਲਾ ਜੀ ਲਾਇਆ ਕਰੋ। ਮੰਮੀ ਜੀ, ਪਾਪਾ ਜੀ, ਭੈਣ ਜੀ, ਮੈਂ ਵੀ ਜੀ। ਬਹੁਤ ਜੀ, ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ। ਡੈਡੀ ਜੀ ਕੀ ਕਰਦੇ ਨੇ? ਡੈਡੀ ਜੀ ਪੁਲਿਸ ਚ ਆ। ਵਾਹ, ਕਿਹੜੇ, ਕਿੱਥੇ ਕਿੱਥੇ ਡਿਊਟੀ ਹੈ? ਉਹਨਾਂ ਦੀ ਐਕਸਾਈਜ਼ ਹੁੰਦੀ ਜਲੰਧਰ। ਅੱਛਾ, ਜਲੰਧਰ ਐਕਸਾਈਜ਼। ਕਿੰਨੇ ਚਿਰ ਬਾਅਦ ਆਉਂਦੇ ਫਿਰ ਅੰਮ੍ਰਿਤਸਰ? ਕੇ ਰੋਜ਼ ਆਉਂਦੇ ਆ? ਨਹੀਂ, ਦੋ ਦੋ ਦਿਨ ਦਿਨ ਬਾਅਦ ਆ ਜਾਂਦੇ ਆ। ਅੱਛਾ, ਹਾਂਜੀ, ਦੋ ਦੋ ਦਿਨ ਬਾਅਦ ਆ ਜਾਂਦੇ? ਨਹੀਂ, ਦੋ ਤਿੰਨ ਦਿਨ ਬਾਅਦ ਆ ਜਾਂਦੇ ਆ। ਦੋ ਤਿੰਨ ਦਿਨ ਬਾਅਦ ਆ ਜਾਂਦੇ? ਹਾਂਜੀ। ਚਲੋ, ਬਹੁਤ ਵਧੀਆ। ਤੇ ਦੀਦੀ ਜੀ ਵੀ ਨੇ ਨਾਲ? ਨਹੀਂ, ਜੋ ਆ ਖਲੋਤੀ ਜੇ। ਅੱਛਾ, ਆ ਖਲੋਤੀ ਜੇ, ਛੋਟੀ ਆ, ਛੋਟੀ ਆ। ਵਧੀਆ ਵਧੀਆ ਵਧੀਆ, ਆ ਖਲੋਤੀ ਜੇ, ਮੈਂ ਤੇਰੀ ਕਾਪੀ ਖੜਨੀ ਹੈ। ਵਧੀਆ ਵਧੀਆ ਵਧੀਆ। ਉਹ ਨਾ ਮੁੰਡਾ ਸੀ ਇੱਕ ਮਾਲਵੇ ਦਾ ਸਾਡਾ ਦੋਸਤ ਹੈ ਪੰਨੂ, ਤੇ ਉਹਦੇ ਨਾਲ ਇੱਕ ਮਾਝਾ ਬੈਲਟ ਦਾ ਰਹਿਣ ਲੱਗ ਗਿਆ ਮੁੰਡਾ ਨਾ ਪੀਜੀ ਦੇ ਵਿੱਚ। ਉਹ ਮਾਝੇ ਵਾਲਾ ਮੁੰਡਾ ਮਾਲਵੇ ਵਾਲੇ ਮੁੰਡੇ ਨੂੰ ਕਹਿੰਦਾ ਵੀ ਮੈਂ ਤੇਰੀ ਕਾਪੀ ਖੜਨੀ ਹੈ। ਕਹਿੰਦਾ ਕਾਪੀ ਖੜਨੀ ਹੈ, ਕਾਪੀ ਕਿਵੇਂ ਖੜੂਗੀ? ਕਹਿੰਦਾ ਮੈਂ ਤੇਰੀ ਕਾਪੀ ਖੜਨੀ ਹੈ। ਕਹਿੰਦਾ ਯਾਰ ਕਾਪੀ ਕਿੱਥੇ ਖੜਨੀ, ਕਿਵੇਂ ਖੜੂਗੀ? ਕਹਿੰਦਾ ਮੈਂ ਤੇਰੀ ਲੈ ਕੇ ਜਾਣੀ ਕਾਪੀ। ਕਹਿੰਦਾ ਫੇਰ ਠੀਕ ਹੈ। ਕਹਿੰਦਾ ਬੜੀ ਵਧੀਆ ਬੋਲੀ ਤੁਹਾਡੀ। ਕੀ ਏਮ ਕੀ ਹੈ ਬਣਨ ਦਾ, ਕੀ ਅੱਗੇ ਡ੍ਰੀਮ ਹੈ, ਕੋਈ ਸੁਪਨਾ, ਕਿੱਧਰ ਜਾਣਾ ਚਾਹੁੰਦੇ ਹੋ? ਜਿੱਧਰ ਪੈ ਗਏ ਉੱਧਰ ਚੱਲ ਜਾਵਾਂਗੇ, ਡਾਕਟਰੀ ਡਾਕਟਰੀ। ਚਲੋ, ਜ਼ਰੂਰ ਤੁਸੀਂ ਆਪਣੇ ਸੁਪਨੇ ਤੁਹਾਡੇ ਪੂਰੇ ਹੋਣ, ਡਾਕਟਰ ਬਣੋ ਤੇ ਵਧੀਆ ਨਾਮ ਰੋਸ਼ਨ ਕਰੋ ਘਰਦਿਆਂ ਦਾ, ਪਰਿਵਾਰ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਿਹਾ, ਸਾਰੇ ਚੜ੍ਹਦੀ ਕਲਾ 'ਚ ਰਹਿਣ, ਖੁਸ਼ ਰਹਿਣ। ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਅੱਜ ਸਾਡਾ ਸਪੈਸ਼ਲ ਐਪੀਸੋਡ ਹੈ ਜੀ, ਪ੍ਰੋ ਇਜ਼ ਸਾਡੇ ਸਪੋਂਸਰ ਸਾਡੇ ਨਾਲ ਨੇ। ਸੋ ਲਾਈਵ ਡਿਜੀਟਲ ਕੰਟੈਸਟ ਇੱਕ ਚੱਲ ਰਿਹਾ ਜੀ, ਤੁਸੀਂ ਨੰਬਰ ਦੇਖ ਸਕਦੇ ਹੋ, ਨੰਬਰ ਦਿੱਤਾ ਹੋਇਆ ਜੀ 9667702703 9667702703। ਇਸ ਨੰਬਰ ਦੇ ਉੱਤੇ ਤੁਸੀਂ ਮਿਸ ਕਾਲ ਕਰੋ ਔਰ ਰੈਂਡਮਲੀ ਯੂਨੀਕ ਕੋਡ ਤੁਹਾਨੂੰ ਸਾਰਿਆਂ ਨੂੰ ਦਿੱਤੇ ਜਾਣਗੇ ਔਰ ਰੈਂਡਮਲੀ ਵਿਨਰ ਜਿਹੜੇ ਹੈਗੇ ਨੇ ਉਹ ਪ੍ਰੋ ਇਜ਼ ਦੀ ਟੀਮ ਵੱਲੋਂ ਨਿਕਲਣਗੇ। ਜਿਹੜੇ 5 ਵਿਨਰ ਨਿਕਲਣਗੇ ਰੈਂਡਮਲੀ, ਉਹਨਾਂ ਨੂੰ ਪ੍ਰੋ ਇਜ਼ ਦੀ ਟੀਮ ਵੱਲੋਂ ਗਿਫਟ ਹੈਂਪਰ ਦਿੱਤੇ ਜਾ ਸਕਦੇ ਨੇ।
ਔਰ ਇਹ ਤਿੰਨੋਂ ਸੈਗਮੈਂਟ ਦੇ ਵਿੱਚ ਲਾਈਵ ਡਿਜੀਟਲ ਕੰਟੈਸਟ ਹੋਊਗਾ। ਹੁਣ ਇਹ ਪਹਿਲਾ ਸੈਗਮੈਂਟ ਹੈ, ਇਸ ਵਾਰ ਸੈਕਿੰਡ ਸੈਗਮੈਂਟ ਦੇ ਵਿੱਚ ਵੀ ਹੋਊਗਾ, ਥਰਡ ਸੈਗਮੈਂਟ ਦੇ ਵਿੱਚ ਵੀ ਹੋਊਗਾ। ਸੋ ਪ੍ਰੋਇਜ਼ ਦਾ ਅਸੀਂ ਥੈਂਕਸ ਕਰਦੇ ਹਾਂ ਜਿਹੜੇ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜੁੜੇ ਨੇ, ਉਹਨਾਂ ਕਰਕੇ ਸਾਡਾ ਸਪੈਸ਼ਲ ਐਪੀਸੋਡ ਹੋਇਆ, ਔਰ ਉਹਨਾਂ ਵੱਲੋਂ ਸਾਡੇ ਜਿਹੜੇ ਵਿਨਰਸ ਹੋਣਗੇ ਉਹਨਾਂ ਲਈ ਗਿਫਟ ਐਂਪਰਸ ਵੀ ਹੈਗੇ ਨੇ। ਸੋ ਥੈਂਕ ਯੂ ਸੋ ਮੱਚ ਪ੍ਰੋਇਜ਼ ਦਾ। ਅਗਲੇ ਬੱਚੇ ਨਾਲ ਗੱਲਬਾਤ ਕਰਦੇ ਹਾਂ। ਹੈਲੋ ਜੀ। ਹੈਲੋ ਜੀ, ਕੀ ਹਾਲ ਨੇ ਤੁਹਾਡੇ? ਆਲ ਗੁੱਡ, ਤੁਸੀਂ ਕਿੱਦਾਂ ਜੀ? ਮੈਂ ਆਮ ਗੁੱਡ। ਮੈਂ ਆਮ ਗੁੱਡ? ਆਈ ਐਮ ਗੁੱਡ। ਅੱਛਾ, ਆਈ ਐਮ ਗੁੱਡ, ਇੰਗਲਿਸ਼ ਇਦਾਂ ਦੀ ਆਈ ਐਮ ਕਹਿਣਾ ਸੀ ਮੈਂ ਆਮ ਕਹਿ। ਕੀ ਨਾਂ ਤੁਹਾਡਾ? ਸਿਮਰਨਦੀਪ ਕੌਰ। ਓਕੇ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਅੰਮ੍ਰਿਤਸਰ ਲੋਕਲ। ਓਕੇ, ਕੀ ਪੇਸ਼ ਕਰੋਗੇ, ਕੀ ਸੁਣਾਓਗੇ? ਮੇਰੀ ਲਾਈਫ ਦਾ ਹੈਪੀਐਸਟ ਮੂਮੈਂਟ। ਹੈਪੀਐਸਟ ਮੂਮੈਂਟ, ਕੀ ਬਾਤ ਹੈ ਤੁਹਾਡੀ ਲਾਈਫ ਦਾ? ਹਾਂਜੀ, ਕੀ ਹੈ ਜੀ? ਫਰਸਟਲੀ ਮੇਰਾ ਇਹ ਹੈਪੀਐਸਟ ਮੂਮੈਂਟ ਰਿਹਾ ਹੈ ਕਿ ਮੈਨੂੰ ਪਾਰਟੀਸਪੇਸ਼ਨ, ਮੈਨੂੰ ਬਹੁਤ ਡਰ ਲੱਗਦਾ ਸੀ ਪਾਰਟੀਸਪੇਟ ਕਰਨ ਤੋਂ। ਅੱਛਾ ਜੀ। ਤੇ ਜਦੋਂ ਮੈਂ ਇੱਥੇ ਮਾਈ ਭਾਗੋ ਫਸਟ ਈਅਰ 'ਚ ਆਈ ਤੇ ਮੈਂ ਕੋਰੀਓਗ੍ਰਾਫੀ 'ਚ ਪਾਰਟੀਸਪੇਟ ਕੀਤਾ ਸੀ, ਮੇਰਾ ਰੋਲ ਸੀਗਾ ਮਦਰ ਦਾ। ਵਾਹ। ਤੇ ਪਿੱਛੇ ਜੇ ਬਲੂ ਵੇਲ ਗੇਮ ਦੇ ਬਹੁਤ ਚੱਲ ਰਹੇ ਸੀ ਕਿੱਸੇ ਕਿ ਬੱਚੇ ਮਰ ਰਹੇ ਨੇ ਬਹੁਤ ਜ਼ਿਆਦਾ। ਅੱਛਾ ਜੀ। ਤੇ ਉਹ ਜਦੋਂ ਅਸੀਂ ਪਰਫਾਰਮ ਕੀਤਾ, ਆਪਣੀ ਕੋਰੀਓਗ੍ਰਾਫੀ ਨੂੰ ਪਰਫਾਰਮ ਕੀਤਾ, ਹਾਂ ਜੀ, ਤੇ ਸਾਡਾ ਸੈਕਿੰਡ ਪ੍ਰਾਈਜ਼ ਨਿਕਲਿਆ, ਉਹ ਵੀ ਮੈਨੂੰ ਪਤਾ ਨਹੀਂ ਸੀ ਕਿ ਇਹ ਮੇਰਾ ਨਿਕਲ ਜਾਏਗਾ। ਅੱਛਾ ਜੀ। ਉਹ ਸਭ ਤੋਂ ਇਮੋਸ਼ਨਲ ਐਂਡ ਹੈਪੀਐਸਟ ਮੂਮੈਂਟ ਸੀਗਾ ਮੇਰੇ ਲਈ। ਬਹੁਤ ਵਧੀਆ, ਬਹੁਤ ਵਧੀਆ। ਐਂਡ ਵਨ ਥਿੰਗ, ਜਦੋਂ ਮੈਂ ਆਪਣੇ ਪਾਪਾ ਦੀ ਗੱਲ ਵਿੱਚ ਉਹ ਜਾ ਕੇ ਮੈਡਲ ਤੇ ਮੰਮੀ ਦੇ ਹੱਥ ਸਰਟੀਫਿਕੇਟ ਦਿੱਤਾ ਨਾ ਕਿ ਮੰਮਾ ਦਿਸ ਇਜ਼ ਮਾਈ ਸਰਟੀਫਿਕੇਟ ਐਂਡ ਮਾਈ ਮੈਡਲ ਫਾਰ ਯੂ। ਆਹ, ਕੀ ਬਾਤ ਹੈ। ਐਂਡ ਦੈਟ ਇਜ਼ ਦ ਹੈਪੀਐਸਟ ਮੂਮੈਂਟ ਆਫ ਮੀ। ਗੋਡ ਬਲੈਸ ਯੂ। ਤੁਸੀਂ ਇਦਾਂ ਹੀ ਆਪਣੇ ਮੰਮੀ ਪਾਪਾ ਨੂੰ ਖੁਸ਼ ਕਰਦੇ ਰਹੋ, ਕਿਉਂਕਿ ਨਿੱਕੇ ਨਿੱਕੇ ਸੁਪਨੇ ਜਦੋਂ ਬੱਚਾ ਕੋਈ ਵੀ ਆਪਣੇ ਮਦਰ ਨੂੰ ਸਰਟੀਫਿਕੇਟ ਦਿੰਦਾ, ਜਿਵੇਂ ਇਹਨਾਂ ਨੇ ਗੱਲ ਕੀਤੀ, ਪਾਪਾ ਨੂੰ ਮੈਡਲ ਦਿੰਦਾ, ਤਾਂ ਉਹਨਾਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਮਿਲਦੀਆਂ ਨੇ। ਸੋ ਇਦਾਂ ਹੀ ਮੈਂ ਇਹੀ ਅਰਦਾਸ ਕਰਦਾ, ਤੁਹਾਡੇ ਉਮੀਦ ਵੀ ਕਰਦਾ ਇਹਨਾਂ ਬੱਚਿਆਂ ਨੂੰ ਕਿ ਤੁਹਾਨੂੰ ਪੇਰੈਂਟਸ ਇੱਥੇ ਪੜ੍ਹਾ ਰਹੇ ਨੇ ਚੰਗੇ ਕਾਲਜ ਦੇ ਵਿੱਚ, ਚੰਗੇ ਕਾਲਜ ਦੇ ਵਿੱਚ ਤੁਸੀਂ ਪੜ੍ਹ ਰਹੇ ਹੋ, ਪ੍ਰੋਫੈਸਰ ਸਾਹਿਬਾਨ ਤੁਹਾਨੂੰ ਪੜ੍ਹਾ ਰਹੇ ਨੇ, ਜੇ ਕਿਤੇ ਡਾਂਟਦੇ ਵੀ ਨਹੀਂ ਤੇ ਉਹ ਤੁਹਾਡੇ ਕਰਕੇ ਡਾਂਟਦੇ ਨੇ। ਸੋ ਤੁਸੀਂ ਜ਼ਰੂਰ ਇੱਦਾਂ ਹੀ ਮੈਡਲ ਆਪਣੇ ਪੇਰੈਂਟਸ ਦੇ ਗਲਾਂ ਦੇ ਵਿੱਚ ਪਾਉਂਦੇ ਰਹੋ, ਉਹਨਾਂ ਨੂੰ ਖੁਸ਼ ਕਰਦੇ ਰਹੋ, ਉਹਨਾਂ ਨੂੰ ਖੁਸ਼ੀਆਂ ਦਿੰਦੇ ਰਹੋ, ਕਿਉਂਕਿ ਜਦੋਂ ਆਪਾਂ ਜੋ ਸਾਰੇ ਹੈਗੇ ਹਾਂ ਤਾਂ ਆਪਣੇ ਸਭ ਤੋਂ ਪਹਿਲਾਂ ਪੇਰੈਂਟਸ ਕਰਕੇ ਹਾਂ। ਸੋ ਆਪਣੇ ਫੈਮਿਲੀ ਲਈ ਜ਼ੋਰਦਾਰ ਤਾੜੀਆਂ, ਮੰਮੀ ਪਾਪਾ ਲਈ। ਭੰਗੜਾ ਪੱਕਾ। Thank you so much. God bless you. Ooh. Aao ji, aao, aao, aao. Main vi bulona, bulona. Main hi. Sat Sri Akal. Hello sir, Sat Sri Akal. Ki naam tada? Alisha. Alisha. ਅਲੀਸ਼ਾ, ਕਿੱਥੋਂ ਅਲੀਸ਼ਾ? ਅੰਮ੍ਰਿਤਸਰ ਤੋਂ ਬਿਲੋਂਗ ਕਰਦੇ। ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਹੋ, ਬਹੁਤ ਵਧੀਆ। ਪਹਿਲਾਂ ਮੈਨੂੰ ਆਟੋਗ੍ਰਾਫ ਲੈਣਾ ਤੁਹਾਡਾ ਮੇਰੀ ਸ਼ਰਟ ਦੇ ਉੱਤੇ। ਅੱਛਾ ਜੀ, ਇਹ ਗੰਦੀ ਹੋਣੀ ਸ਼ਰਟ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਗੋਡ ਬਲੈਸ ਯੂ। ਪਰਮਾਤਮਾ ਤੁਹਾਨੂੰ ਚੜ੍ਹਦੇ ਦੇਣਾ ਪੈਣ ਦੇਣਾ ਦੇਣਾ। ਇਹ ਮੈਂ ਸਾਂਭ ਕੇ ਰੱਖਣਾ। ਅੱਛਾ, ਫਟਾਫਟ ਪੈਨ ਫੜੋ ਵੀ ਪੈਨ ਦੇ ਪੈਨ। ਕੀ ਹੌਬੀਜ਼ ਕੀ ਨੇ ਤੁਹਾਡੀਆਂ? ਸਿੰਗਿੰਗ। ਸਿੰਗਿੰਗ, ਗਾਣਾ ਸੁਣਾਓਗੇ ਜੀ? ਹਾਂਜੀ। ਸੁਣਾਓ ਜੀ, ਸੁਣਾਓ। ਤੁਹਾਨੂੰ ਡੈਡੀਕੇਟ ਆ ਲਾਈਨਸ ਤੇ ਤੁਹਾਡੇ ਸੌਂਗ ਦੀਆਂ ਲਾਈਨਸ। ਅੱਛਾ ਜੀ, ਅੱਛਾ ਜੀ, ਅੱਛਾ ਜੀ। ਤੂੰ ਜਿੱਥੇ ਜਿੱਥੇ ਪੈਰ ਤਰੇਗਾ ਮੈਂ ਉੱਥੇ ਉੱਥੇ ਜਾਣ ਮਾਰੂੰਗੀ। ਤੂੰ ਜਿੱਥੇ ਜਿੱਥੇ ਪੈਰ ਤਰੇਗਾ ਮੈਂ ਉੱਥੇ ਉੱਥੇ ਜਾਣ ਮਾਰੂੰਗੀ। ਇਹ ਤਾਂ ਉਹ ਗੱਲ ਹੈ ਵੀ ਮੇਰਾ ਗਾਣਾ ਮੇਰੇ ਤੇ, ਮੇਰੀ ਬਿੱਲੀ ਮੈਨੂੰ ਮਿਓ। ਨਹੀਂ ਨਹੀਂ, ਰੁਕੋ ਰੁਕੋ। ਹਾਂ, ਤੁਹਾਡੇ ਲਿਰਿਕ ਚੇਂਜ ਹੀ, ਤੁਸੀਂ ਗਰਲ ਨੂੰ ਡੈਡੀਕੇਟ ਕੀਤਾ ਸੀ, ਮੈਂ ਬੋਏ ਨੂੰ ਡੈਡੀਕੇਟ। ਵਾਹਿਗੁਰੂ, ਪਰਮਾਤਮਾ ਚੜ੍ਹਦੀ ਕਲਾ, ਚੜ੍ਹਦੀ ਕਲਾ ਬੱਚੇ। ਤੰਦਰੁਸਤ ਰਹੋ, ਖੁਸ਼ ਰਹੋ, ਤੁਹਾਡੇ ਪਰਿਵਾਰ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਥੈਂਕ ਯੂ ਸੋ ਮਚ। ਗੋਡ ਬਲੈਸ ਯੂ, ਗੋਡ ਬਲੈਸ ਯੂ। ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਜੀ? ਕਿਰਪਾ ਜੀ, ਕਿਰਪਾ। ਸਰ, ਆਪਾਂ ਸਵੇਰ ਦਾ ਬੰਕ ਮਾਰ ਕੇ ਉਧਰੋਂ ਨਾਲ ਦੇ ਕਾਲਜ ਫੈਸ਼ਨ ਡਿਜ਼ਾਈਨਿੰਗ ਤੋਂ ਇੱਥੇ ਆਏ, ਤੁਹਾਡੇ ਲਈ ਸਵੇਰ ਦੇ ਧੁੱਪ 'ਚ ਖੜੇ ਆ। ਅੱਛਾ, ਸਵੇਰ ਦੇ ਧੁੱਪ ਚੜ ਗਈ। ਹੋਰ ਜਿਹੜੀ ਆ ਵੇਖੋ, ਤੁਸੀਂ ਕਿਹਾ ਸਵੇਰ ਦੇ ਧੁੱਪ 'ਚ ਖੜੇ ਆ। ਹਾਂ ਜੀ, ਜਾਂ ਤਾਂ ਕਹੋ ਵੀ ਦੁਪਹਿਰ ਦੇ ਧੁੱਪ 'ਚ ਖੜੇ ਆ, ਫਿਰ ਤਾਂ ਮੈਂ ਮੰਨਾਂ। ਸਰ, ਧੁੱਪ ਸਵੇਰ ਤੋਂ ਚੜ ਜਾਂਦੀ ਆ। ਇਹ ਸਵੇਰੇ 10:30 ਵਜੇ ਤੋਂ ਚੜੀ ਹੋਣੀ ਧੁੱਪ। ਪਹਿਲਾਂ ਸਵੇਰੇ ਮੌਸਮ ਠੰਡਾ ਵੀ ਸੀਗਾ ਥੋੜਾ ਜਿਹਾ, ਸੀਗਾ ਠੰਡਾ, ਮੈਂ ਤਾਂ ਸੁੱਤਾ ਸੀ, ਬਾਕੀ ਪਤਾ ਨਹੀਂ। ਚਲੋ ਸਰ, ਮੇਰੇ ਘਰ। ਚਲੋ, ਮੈਂ ਥੋੜਾ ਜਿਹਾ ਲੇਟ ਹੋ ਗਿਆ ਨਾ, ਚੰਡੀਗੜ੍ਹ ਸਫ਼ਰ ਬਹੁਤ ਸੀਗਾ, ਉਹਦੇ ਲਈ ਮਾਫੀ। ਤੁਹਾਡਾ ਕੀ ਨਾਂ? ਕੀ ਜੀ ਤੁਹਾਡਾ? ਮੈਂ ਨਾ ਰਾਜਦੀਪ ਕੌਰ ਆ। ਰਾਜਦੀਪ ਕੌਰ, ਹਾਂਜੀ। ਮੈਂ ਲੋਕਲ ਮਜੀਠਾ ਰੋਡ ਦੀ ਆ। ਲੋਕਲ ਮਜੀਠਾ ਰੋਡ, ਹਸ਼ਾ। ਹਾਂ, ਫੈਸ਼ਨ ਡਿਜ਼ਾਈਨਿੰਗ ਮੈਂ ਕਰਦੀ ਪਈ ਆ। ਬਹੁਤ ਵਧੀਆ। ਤੇ ਮੇਰੇ ਫਰੈਂਡਸ ਰਮਨ ਤੇ ਗੁਰਸ਼ੀਸ਼ ਨੂੰ ਹੈਲੋ ਕਹਿ ਦੋ। ਉਹਨਾਂ ਇਹਨਾਂ ਦੇ ਜਿਹੜੇ ਫਰੈਂਡਸ ਨੇ ਉਹਨਾਂ ਨੂੰ ਹੈਲੋ ਹਾਏ। ਰਮਨ ਤੇ ਗੁਰਸ਼ੀਸ਼। ਗੁਰਸ਼ੀਸ਼ ਤੇ ਰਮਨ ਹੈਲੋ। ਹੈਲੋ ਮੇਰੀ ਫੈਮਿਲੀ ਨੂੰ, ਹੈਲੋ ਤੁਹਾਡੇ ਸਾਰੇ ਪਰਿਵਾਰ ਨੂੰ, ਹੈਲੋ। ਕੌਣ ਕੌਣ ਹੈ ਪਰਿਵਾਰ 'ਚ ਜਿਨ੍ਹਾਂ ਨੂੰ ਕਹੀਏ ਮੈਂ ਹੈਲੋ? ਹਾਂ, ਕੌਣ ਕੌਣ ਹੈ?
ਮੇਰੇ ਪਰਿਵਾਰ 'ਚ ਅਸੀਂ ਚਾਰ ਸਿਸਟਰਸ। ਤੁਸੀਂ ਚਾਰ ਜਣੇ, ਤੁਸੀਂ ਚਾਰ ਭੈਣਾਂ, ਚਾਰੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ। ਇੱਕ ਭਰਾ, ਇੱਕ ਭਰਾ, ਪੰਜ ਜਵਾਕ ਹੋ ਗਏ, ਸਤਿ ਸ਼੍ਰੀ ਅਕਾਲ। ਇੱਕ ਪਾਪਾ ਜੀ, ਪਾਪਾ ਜੀ ਤਾਂ ਇੱਕੋ ਹੀ ਹੋਣਗੇ। ਇੱਕ ਪਾਪਾ ਜੀ ਕੀ ਮਤਲਬ, ਮਤਲਬ ਕਹੋ ਪਾਪਾ ਜੀ, ਪਾਪਾ ਜੀ, ਮੰਮਾ, ਮੰਮਾ ਜੀ, ਮੰਮਾ ਜੀ, ਹਾਂਜੀ। ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੰਕਲ ਜੀ ਹੋਰਾਂ ਦੇ ਮੈਂ ਮੱਥਾ ਟੇਕਦਾ ਜੀ, ਉਹਨਾਂ ਨੇ ਬਹੁਤ ਵਧੀਆ ਬੱਚਿਆਂ ਨੂੰ ਪੜ੍ਹਾਇਆ ਔਰ ਤੁਸੀਂ ਆਪਣੇ ਪੇਰੈਂਟਸ ਦੇ ਸੁਪਨੇ ਪੂਰੇ ਕਰਨੇ ਆ। ਹਾਂ ਨੀ, ਹਾਂਜੀ, ਹਾਂ। ਹੋਰ ਕੀ ਸੁਣਾਓਗੇ? ਮੈਂ ਡਾਂਸ ਕਰਾਂਗੀ। ਲਾਈਵ ਡਿਜੀਟਲ ਕੰਟੈਸਟ ਸੀਗਾ, ਉਹਦੇ ਜਿਹੜੇ ਮਿਸ ਕੋਲਸ ਬੱਚਿਆਂ ਨੇ ਕੀਤੀਆਂ ਅਤੇ ਯੂਨੀਕ ਕੋਡਸ ਆ ਗਏ ਹੋਏ ਨੇ। ਰੈਂਡਮਲੀ ਕਿਹੜੇ ਯੂਨੀਕ ਕੋਡਸ ਨੂੰ ਵਿਨਰ ਐਲਾਨ ਕੀਤਾ ਗਿਆ ਉਹ ਪ੍ਰੋਇਸ ਦੀ ਟੀਮ ਸਾਡੇ ਨਾਲ ਹੈਗੀ ਹੈ, ਉਹ ਸਾਡੇ ਮੈਡਮ ਦੱਸਣਗੇ। ਮੈਡਮ ਆਓ ਜੀ। ਜੀ ਹਾਂ, ਸੋ 5 ਯੂਨੀਕ ਕੋਡਸ ਆ ਚੁੱਕੇ ਨੇ। ਪਲੀਜ਼ ਵਿਨਰਸ ਆਪਣੇ ਯੂਨੀਕ ਕੋਡਸ ਲੈ ਜਾਣ। ਡਿਜੀਟਲ ਲਾਈਵ ਕੰਟੈਸਟ ਫਸਟ ਦੇ ਫਸਟ ਵਿਨਰ। ਸੋ ਇਹ ਸੀ ਫਸਟ ਰਾਊਂਡ ਦੇ ਵਿਨਰ। ਨੈਕਸਟ ਰਾਊਂਡ ਲਈ ਤੁਸੀਂ ਫਟਾਫਟ ਮਿਸ ਕਾਲ ਕਰਨੀ ਹੈ ਤਾਂ ਕਿ ਜੋ ਤੁਸੀਂ ਪ੍ਰੋਇਸ ਵੱਲੋਂ ਅਮੇਜ਼ਿੰਗ ਗਿਫਟ ਹੈਂਪਰਸ ਜਿੱਤ ਸਕੋ। ਸੋ ਸਾਡੇ ਫਸਟ ਸੈਗਮੈਂਟ ਜਿਹੜੇ ਕੰਟੈਸਟ ਹੋਇਆ ਸੀਗਾ ਉਹਨਾਂ ਦੇ ਵਿਨਰਸ ਨੂੰ ਬਹੁਤ ਸਾਰੀਆਂ ਮੁਬਾਰਕਾਂ। ਸੈਕਿੰਡ ਸੈਗਮੈਂਟ ਦੇ ਵਿੱਚ ਫਿਰ ਵਿਨਰਸ ਐਲਾਨ ਕੀਤੇ ਜਾਣਗੇ। ਤੁਸੀਂ ਜਿਨ੍ਹਾਂ ਨੇ ਹਜੇ ਤੱਕ ਨਹੀਂ ਮਿਸ ਕਾਲ ਮਾਰੀ ਇੱਕ ਵਾਰ ਫਿਰ ਟਰਾਈ ਕਰ ਸਕਦੇ ਹੋ। ਨੰਬਰ ਦਿੱਤਾ ਹੋਇਆ ਜੀ 9667027023। ਅਗਲੇ ਬੱਚੇ ਨਾਲ ਗੱਲਬਾਤ ਕਰਦੇ ਹਾਂ, ਆਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਸੁਪ੍ਰੀਤ। ਸੁਪ੍ਰੀਤ, ਹਾਂਜੀ ਸਰ। ਕੀ ਸ਼ੌਂਕ ਨੇ ਤੁਹਾਡੇ? ਮੇਰੀ ਹੋਬੀਜ਼ ਨੇ ਸਰ ਡਾਂਸਿੰਗ ਤੇ ਸਿੰਗਿੰਗ। ਓਕੇ ਜੀ, ਸਾਨੂੰ ਕੀ ਸੁਣਾਓਗੇ ਜੀ? ਸਰ ਮੈਂ ਤੁਹਾਨੂੰ ਟੱਪੇ ਸੁਣਾਵਾਂਗੀ। ਟੱਪੇ ਟੱਪੇ ਆਂਦੀ ਦੇਵਾਰੀ, ਟੱਪੇ ਟੱਪੇ ਆਂਦੀ ਦੇਵਾਰੀ, ਮੈਂ ਗੁੜੀ ਅੰਬਰਸਰ ਦੀ ਟੱਪਿਆਂ ਤੋਂ ਨਾ ਹਾਰੀ, ਮੈਂ ਗੁੜੀ ਅੰਬਰਸਰ ਦੀ ਟੱਪਿਆਂ। ਥੈਂਕ ਯੂ ਸੋ ਮਚ, ਬਹੁਤ ਵਧੀਆ। ਗੋਡ ਬਲੈਸ, ਗੋਡ ਬਲੈਸ, ਗੋਡ ਬਲੈਸ। ਚਲੋ ਜੀ, ਟੱਪੇ ਪੇਸ਼ ਕੀਤੇ, ਹੁਣ ਵਕਤ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਕਿਤਨਾ ਜਾਇਓ, ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੰਜੋਏ ਕਰਦੇ ਰਹੋ ਸਾਡਾ ਕੰਟੀਨੀ ਮੰਡੀ ਦਾ ਸਪੈਸ਼ਲ ਐਪੀਸੋਡ। ਕੰਟੀਨੀ ਮੰਡੀ ਇਜ਼ ਬ੍ਰੌਟ ਟੂ ਯੂ ਬਾਏ ਪ੍ਰੋਇਸ। ਜ਼ੋਰਦਾਰ ਤਾੜੀਆਂ। ਅੰਮ੍ਰਿਤਸਰ ਸ਼ਹਿਰ ਦੀ ਖਾਣ ਪੀਣ ਨੂੰ ਬਹੁਤ ਬਹੁਤ ਜ਼ਿਆਦਾ ਮਿੱਠੇ ਵੇਖ ਲਓ ਤੁਸੀਂ, ਮੈਂ ਕਿੰਨੀ ਖਾਣ ਪੀਣ ਦੀ ਸ਼ੌਕੀਨ ਹੈਗੀ ਆ। ਬਹੁਤ ਵਧੀਆ, ਕੀ ਸਵੇਰੇ ਕੀ ਖਾਦਾ? ਸਵੇਰੇ ਪਰੌਂਠੀ ਖਾਦੀ ਹੈ ਇੱਥੇ ਆ ਕੇ ਮੇਰੀ। ਹਾਂਜੀ, ਸਿਹਤ ਤੇ ਪਰੌਂਠੇ ਵਾਲੀ ਹੈ। ਚਲੋ ਤੁਸੀਂ ਪਰੌਂਠੇ ਲਾ ਲਓ। ਕਿੰਨੇ? ਇੱਕ ਹੀ। ਨਹੀਂ, ਕਿਉਂ ਨਹੀਂ? ਅੱਛਾ ਚਲੋ ਇੱਕ, ਚਲੋ ਠੀਕ। ਮੈਂ ਕੁੜੀ ਆ, ਡੰਗਰ ਨਹੀਂ ਹੈਗੀ। ਨਹੀਂ ਨਹੀਂ, ਇੱਕ ਹੀ ਠੀਕ ਹੈ। ਮੈਂ ਕਦੋਂ ਕਿਹਾ ਜੀ? ਕੀ 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 ਸੁਣਾਉਂਗੇ? ਅੱਜ ਮੈਂ ਆਪਣੇ ਲਾਈਫ ਦਾ ਸਭ ਤੋਂ ਸਪੈਸ਼ਲ ਮੂਮੈਂਟ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ। ਹੈਪੀਐਸਟ ਮੂਮੈਂਟ? ਹੈਪੀਐਸਟ ਮੂਮੈਂਟ ਮੇਰੀ ਲਾਈਫ ਦਾ ਸਭ ਤੋਂ ਹੈਪੀਐਸਟ ਮੂਮੈਂਟ ਅੱਜ ਮੇਰੇ ਨਾਲ ਖੜੇ ਨੇ। ਨਹੀਂ ਨਹੀਂ, ਮੈਂ ਤੁਹਾਡਾ ਭਰਾ ਜੀ, ਕੋਈ ਚੱਕਰ ਨਹੀਂ। ਮੈਨੂੰ ਪਤਾ ਤੁਸੀਂ ਮੇਰੇ ਭਰਾ ਹੈਗੇ, ਬਟ ਜੋ ਜ਼ਿੰਦਗੀ ਦਾ ਸਭ ਤੋਂ ਵਧੀਆ ਮੂਮੈਂਟ ਮੇਰੇ ਲਈ ਆਹੀ ਮੂਮੈਂਟ ਹੈਗਾ ਵੈ। ਥੈਂਕ ਯੂ। ਤੇ ਦੂਜਾ ਮੇਰੀ ਫਰੈਂਡਸ ਦਾ, ਜੋ ਕਿ ਮੈਨੂੰ ਹਰ ਵਕਤ ਮੈਨੂੰ ਸਪੋਰਟ ਕਰਦੀਆਂ ਹੈਗੀਆਂ ਨੇ। ਚੰਗੇ ਦੋਸਤ ਹੋਣ ਬਹੁਤ ਵਧੀਆ। ਨਵ ਸਰਬ ਸਲੋਨੀ ਸਿਮਰਨ ਜਸ, ਹੋਰ ਲੈ ਦੋ, ਸਾਰੇ ਲੈ ਦੋ। ਸਿਮਰਨ, ਮਨਪ੍ਰੀਤ, ਗੁਰਪ੍ਰੀਤ, ਹਰਪ੍ਰੀਤ, ਰਵਨੀਤ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਚੰਗੇ ਦੋਸਤ ਹੋਣ, ਚੰਗੀ ਤੁਹਾਡੀ ਸਰਕਲ ਹੋਵੇ, ਚੰਗੀ ਤੁਹਾਡੀ ਬਹਿਣੀ ਉੱਠਣੀ ਹੋਵੇ, ਤੇ ਤੁਹਾਡੇ ਕੰਮ ਹਮੇਸ਼ਾ ਚੰਗੇ ਹੁੰਦੇ ਨੇ। ਸੋ ਦੋਸਤ ਥੋੜੇ ਹੋਣ, ਚੰਗੇ ਹੋਣ ਤਾਂ ਬਹੁਤ ਵਧੀਆ। ਨਾਲ ਨਾਲ ਦੇਖੋ ਭੰਗੜੇ, ਨਾਲ ਨਾਲ ਗਿੱਧੇ, ਨਾਲ ਨਾਲ ਐਂਟਰਟੇਨਮੈਂਟ, ਨਾਲ ਨਾਲ ਚੰਗੇ ਚੰਗੇ ਸੁਨੇਹੇ, ਕਿਉਂਕਿ ਐਂਟਰਟੇਨਮੈਂਟ ਦੇ ਨਾਲ ਜਦੋਂ ਸੁਨੇਹੇ ਮਿਲਦੇ ਨੇ ਤਾਂ ਉਹ ਛੇਤੀ ਕਿਤੇ ਨਾ ਕਿਤੇ ਤੁਹਾਡੇ 'ਤੇ ਇੰਪੈਕਟ ਪਾਉਂਦੇ ਨੇ। ਸੋ ਚੰਗੇ ਦੋਸਤ ਬਣਾਓ, ਚੰਗੇ ਮਿੱਤਰ ਬਣਾਓ, ਥੋੜ੍ਹੇ ਬਣਾਓ, ਵਧੀਆ ਬਣਾਓ।
ਹਾਂ ਜੀ ਹੌਬੀਜ਼ ਕੀ ਨੇ ਤੁਹਾਡੀਆਂ ਮੇਰੀ ਹੌਬੀਜ਼ ਡਾਂਸ ਹੈਗਾ ਅੱਛਾ ਭੰਗੜਾ ਪਾ ਲੈਣੀ ਹੈ ਗਿੱਧਾ ਪਾ ਲੈਣੀ ਹੈਗੀਆਂ ਅੱਛਾ ਹੁਣ ਕੀ ਕਿਹੜਾ ਡਾਂਸ ਕਰੋਗੇ ਕਿ ਸੁਣਾਓਗੇ ਕੁਛ ਨਹੀਂ ਭੰਗੜਾ ਕਰ ਲਓ ਜੀ ਇਸ ਕਾਲਜ ਦੇ ਬਹੁਤ ਹੀ ਰਿਸਪੈਕਟਡ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਰ ਸਾਡੇ ਵਿੱਚ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਜੀ ਆਇਆਂ ਨੂੰ ਜੀ ਸਾਡੇ ਸ਼ੋਅ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਰ ਜੀ ਬਹੁਤ ਵਧੀਆ ਜੀ ਸਰ ਤੁਹਾਡਾ ਸ਼ੁਭ ਨਾਮ ਜੀ ਮੇਰਾ ਨਾਮ ਪਰਮਵੀਰ ਸਿੰਘ ਮੱਤੇਵਾਲ ਓਕੇ ਸਰ ਸਰ ਕਦੋਂ ਤੁਸੀਂ ਪ੍ਰਿੰਸੀਪਲ ਜੁਆਇਨ ਕੀਤਾ ਜੀ ਇਸ ਕਾਲਜ ਦੇ ਵਿੱਚ ਕਾਲਜ ਜੁਆਇਨ ਕੀਤਾ ਤਾਂ 20 ਸਾਲ ਹੋ ਗਏ ਨੇ ਪ੍ਰਿੰਸੀਪਲ ਬਣਿਆ 2 ਸਾਲ ਹੋਏ ਚਲੋ ਬਹੁਤ ਵਧੀਆ ਕਿੱਦਾਂ ਦਾ ਰਿਹਾ ਜੀ 18 ਸਾਲਾਂ ਦਾ ਉਹ ਸਫ਼ਰ ਅਤੇ ਹੁਣ ਤੱਕ ਦਾ ਜਿਹੜਾ 2 ਸਾਲ ਦਾ ਸਫ਼ਰ ਹੈ ਜੀ ਬਹੁਤ ਵਧੀਆ ਜੀ ਮਾਈ ਭਾਗੋ ਕਾਲਜ ਦੇ ਵਿੱਚ ਸਰਵਿਸ ਕਰਤੀ ਅਤੇ ਬਹੁਤ ਹੀ ਆਨੰਦ ਆਇਆ ਚਲੋ ਬਹੁਤ ਵਧੀਆ ਜੀ ਹੋਰ ਘਰ ਪਰਿਵਾਰ ਸਾਰੇ ਠੀਕ ਬਹੁਤ ਵਧੀਆ ਚੜ੍ਹਦੀ ਕਲਾ ਗੁਰੂ ਮਹਾਰਾਜ ਜੀ ਬਹੁਤ ਵਧੀਆ ਕਿਹੜੇ ਕਿਹੜੇ ਕੋਰਸਿਸ ਨੇ ਜੀ ਇੱਥੇ ਸਾਡੇ ਕੋਲ 5 ਕੋਰਸ ਚੱਲ ਰਹੇ ਨੇ ਇੱਥੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕੰਪਿਊਟਰ ਇੰਜੀਨੀਅਰਿੰਗ ਆਰਕੀਟੈਕਚਰ ਮੈਡੀਕਲ ਲੈਬ ਟੈਕਨੋਲੋਜੀ ਅਤੇ ਮਾਡਰਨ ਆਫਿਸ ਪ੍ਰੈਕਟਿਸ ਓਕੇ ਜੀ ਸੋ ਇਹਨਾਂ 'ਚ ਬੱਚੇ ਸਾਡੇ ਇੱਥੇ ਬੜਾ ਅੱਛਾ ਕਰ ਰਹੇ ਨੇ ਐਕਸੈਲ ਕਰ ਰਹੇ ਨੇ ਐਂਡ ਬੜੀ ਅੱਛੀ ਪਲੇਸਮੈਂਟ ਹੁੰਦੀ ਹੈ ਉਹਨਾਂ ਦੀ ਬੱਚੇ ਅੱਗੇ ਜਾ ਕੇ ਜੋਬਸ ਕਰਦੇ ਚਲੋ ਜ਼ਰੂਰ ਇਹ ਕਾਲਜ ਸਟਾਫ ਤੁਸੀਂ ਬੱਚੇ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰ ਰਹੇ ਹੋ ਬੱਚਿਆਂ ਦੇ ਵਿੱਚ ਬਹੁਤ ਕੌਨਫੀਡੈਂਸ ਹੈ ਜੀ ਔਰ ਬੱਚਿਆਂ ਦੇ ਵਿੱਚ ਡਿਸਿਪਲਿਨ ਬਹੁਤ ਹੈ ਜਿਵੇਂ ਕਿਹਾ ਉਵੇਂ ਖੜੇ ਨੇ ਉਹਨਾਂ ਦੇ ਔਰ ਟੈਲੈਂਟ ਬਹੁਤ ਹੈ ਤੁਸੀਂ ਆਪ ਦੇਖਿਆ ਉੱਥੇ ਖੜ ਕੇ ਸੋ ਇਹ ਸਾਰਾ ਕ੍ਰੈਡਿਟ ਪ੍ਰਿੰਸੀਪਲ ਸਰ ਨੂੰ ਜਾਂਦਾ ਸਟਾਫ ਨੂੰ ਜਾਂਦਾ ਇਹਨਾਂ ਦੇ ਪੇਰੈਂਟਸ ਨੂੰ ਜਾਂਦਾ ਸੋ ਜ਼ੋਰਦਾਰ ਤਾੜੀਆਂ ਆਪਣੇ ਲਈ ਆਪਣੇ ਕਾਲਜ ਲਈ ਥੈਂਕ ਯੂ ਜੀ ਅੱਜ ਮੈਂ ਸਾਰੀ MH1 ਟੀਮ ਦਾ ਅਤੇ ਤੁਹਾਡਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਾਡੇ ਮਾਈ ਭਾਗੋ ਦੇ ਵਿਹੜੇ 'ਚ ਆ ਕੇ 4 ਚੰਨ ਲਗਾਏ ਨੇ ਐਂਡ ਰੇਲੀ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਕੀਤਾ ਜੀ ਸੋ ਅੱਜ ਰੇਲੀ ਬਹੁਤ ਅੱਛਾ ਲੱਗਿਆ ਸੋ ਆਸ ਕਰਦਾ ਕਿ ਅੱਗੋਂ ਵੀ ਆਉਂਦੇ ਰਹੋ ਪੱਕਾ ਜੀ ਇਹ ਮੇਰਾ ਆਪਣਾ ਘਰ ਹੈ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਰ ਸੈਕਿੰਡ ਸੈਗਮੈਂਟ ਚੱਲ ਰਿਹਾ ਜੀ ਲਾਈਵ ਡਿਜੀਟਲ ਕੰਟੈਸਟ ਵੀ ਚੱਲ ਰਿਹਾ ਤੁਸੀਂ ਮਿਸ ਕਾਲ ਕਰ ਸਕਦੇ ਨੰਬਰ ਦਿੱਤਾ ਹੋਇਆ ਜੀ 9667027703 ਇਹਨਾਂ ਨੰਬਰ ਮੈਨੂੰ ਚੇਤਾ ਨਹੀਂ ਜਿਹਨਾਂ ਦਾ ਮੈਨੂੰ ਇਹਨਾਂ ਦਾ ਹੋ ਗਿਆ ਸੋ ਭਾਈ ਮਿਸ ਕਾਲ ਕਰਕੇ ਤੁਸੀਂ ਵੀ ਵਿਨਰ ਬਣ ਸਕਦੇ ਹੋ ਜੀ ਅਗਲੇ ਬੱਚੇ ਨੂੰ ਸਦਾ ਦਿੰਦੇ ਹਾਂ ਆਓ ਜੀ ਆਓ 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 ਕੀ ਨਾਂ ਹੈ ਤੁਹਾਡਾ ਮਨੀਸ਼ਾ ਜੀ ਕਿੱਥੋਂ ਜੀ ਮੈਂ ਆਈ ਐਮ ਫਰੋਮ ਅੰਮ੍ਰਿਤਸਰ ਓਕੇ 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 ਵਧੀਆ ਪਹਿਲਾਂ ਪੰਜਾਬੀ ਬੋਲਣ ਲੱਗੇ ਪੰਜਾਬੀ ਜੀ ਬੋਲਦੇ ਕਿ ਮੈਂ ਅੰਮ੍ਰਿਤਸਰ ਤੋਂ ਹਾਂ ਤੁਸੀਂ ਨਾ ਤੁਸੀਂ ਇਹੀ ਨਹੀਂ ਨਹੀਂ ਵਧੀਆ ਵਧੀਆ ਚਲੋ ਅੰਮ੍ਰਿਤਸਰ ਤੋਂ ਤੁਸੀਂ ਪਰਿਵਾਰ 'ਚ ਕੌਣ ਕੌਣ ਮੰਮਾ ਜੀ ਪਾਪਾ ਜੀ ਡੋਗੀ ਜੀ ਮੈਂ ਜੀ ਮੇਰੀਆਂ ਦੋ ਸਿਸਟਰ ਜੀ ਅੱਛਾ ਡੋਗੀ ਜੀ ਹਾਂਜੀ ਚਲੋ ਕੀ ਨਾਮ ਡੋਗੀ ਜੀ ਦਾ ਡੋਗੀ ਜੀ ਦਾ ਨਾਮ ਹੈਗਾ ਬ੍ਰਾਉਨੀ ਬ੍ਰਾਉਨੀ ਜੀ ਹਾਂਜੀ ਬ੍ਰਾਉਨੀ ਜੀ ਬ੍ਰਾਉਨੀ ਜੀ ਹਾਂਜੀ ਵਧੀਆ 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 ਤੇ ਮੈਂ ਤੁਹਾਡੇ ਸਾਹਮਣੇ ਟੰਗ ਟਵਿਸਟਰ ਪੇਸ਼ ਕਰਨ ਜਾ ਰਹੀ ਹਾਂ ਤੇ ਉਹ ਤੁਸੀਂ ਇੱਕ ਸਾਜ਼ ਬੋਲਣਾ ਲਗਾਤਾਰ ਕਿਹੜਾ ਜੀ ਟਾਪ ਕੰਡੇ ਟਕਲੀਮ ਚ ਮੁੱਦੁੰ ਡੁਮੁੰ ਚੁੰਕਤਾ ਟਕਲਮ ਟਕਲਮ ਟਾਪ ਕੰਡੇ ਇਹ ਦਾ ਔਖਾ ਕੰਮ ਹੈ ਕੀ ਹੈ ਥੋੜਾ ਸਲੋ ਦਾ ਪਤਾ ਲੱਗੇ ਹੈ ਕੀ ਸ਼ਬਦ ਟਾਪ ਕੰਟੇ ਟਾਪ ਕੰਟੇ ਇਹਦਾ ਕੀ ਮਤਲਬ ਕੀ ਇਹਦਾ ਕੀ ਤੁਸੀਂ ਮਤਲਬ ਦੱਸੋਗੇ ਠੀਕ ਹੈ ਮਤਲਬ ਪੁੱਛੂਗਾ ਕੀ ਤੁਸੀਂ ਦੱਸੋਗੇ ਮਤਲਬ ਪੁੱਛੂਗਾ ਦੱਸੋਗੇ ਪੁੱਛ ਪੁੱਛ ਰਿਹਾ ਉਹ ਮਤਲਬ ਪੁੱਛ ਰਿਹਾ ਵੀ ਟਾਪ ਕੰਟੇ ਦਾ ਕੀ ਮਤਲਬ ਹੈ ਕੀ ਤੁਸੀਂ ਦੱਸੋਗੇ ਫਿਰ ਇੱਥੇ ਨਾ ਡਾਕਟਰ ਚਾਵਲਾ ਨੇ ਕੰਨ ਠੀਕ ਕਰਾ ਕੇ ਆਓ ਕੀ ਕੀ ਤੁਹਾਨੂੰ ਕੋਈ ਪ੍ਰੋਬਲਮ ਆ ਕੋਈ ਆਬਜੈਕਸ਼ਨ ਬੜੀ ਤੇਜ਼ ਆ ਬਈ ਡਾਕਟਰ ਹੈ ਕਿ ਨਹੀਂ ਤੁਸੀਂ ਟੈਨਸ਼ਨ ਨਾ ਲਓ ਕੀ ਬੋਲਣਾ ਕੀ ਆ ਟਾਪ ਕੰਟੇ ਇੱਕ ਮਿੰਟ ਟਾਪ ਕੰਟੇ ਹਾਂਜੀ ਅੱਛਾ ਟੁਕਲੀਮ ਚ ਮੁਕਦਮ ਹਾਂ ਹਾਂਜੀ ਕਿੱਥੇ ਜਨਮ ਹੋਇਆ ਤੇਰਾ ਅੰਮ੍ਰਿਤਸਰ ਚ ਹੋਇਆ ਬੋਲੀ ਨਹੀਂ ਨਾ ਟਾਪ ਕੰਟੇ ਟੁਕਲੰਗ ਕਰਾਉਣੇ ਨਹੀਂ ਟਾਪ ਕੰਟੇ ਟੁਕਲੀਮ ਚ ਮੁਕਦਮ ਟਾਪ ਕੰਟੇ ਟੁਕਲੀਮ ਕਪਲ ਚਮ
ਕੀ ਟਾਪ ਕੰਟੈਂਟ ਕਲੀਮ ਕੈਪਸਿਨ ਤੇ ਡਾਕਟਰ ਕੋ ਜਾਣਾ ਚਾਹੀਦਾ ਵੀ ਪਹਿਲਾਂ ਤੈਨੂੰ ਵੀ ਜਾਣਾ ਚਾਹੀਦਾ ਨਾਲ ਨਹੀਂ ਨਹੀਂ ਪਹਿਲਾਂ ਤੁਹਾਨੂੰ ਜਾਣਾ ਚਾਹੀਦਾ ਤੁਸੀਂ ਗਲਤ ਬੋਲਿਆ ਅੱਛਾ ਟਾਪ ਕੰਟੈਂਟ ਹਾਂਜੀ ਟੁਕਲੀਮ ਚਮਕਦਮ ਹੈ ਟੁਕਲੀਮ ਚਮਕਦਮ ਹਾਂਜੀ ਚਮਕਦਮ ਚਮਕਦਮ ਹਾਂਜੀ ਟਾਪ ਕੰਟੈਂਟ ਟੁਕਲੀਮ ਚਮਕਦਮ ਟਾਪ ਕੰਟੈਂਟ ਟੁਕਲੀਮ ਚਮਕਦਮ ਟਾਪ ਕੰਟੈਂਟ ਟੁਕਲੀਮ ਚਮਕਦਮ ਡੁਬਕ ਚੁੰਗਤੇ ਡੁਬਕ ਚੁੰਗਤੇ ਟਿਕਲਮ ਟੁਕਲਮ ਟਿਕਲਮ ਟੁਕਲਮ ਟਾਪ ਕੰਟੈਂਟ ਟਾਪ ਕੰਟੈਂਟ ਹੁਣ ਫਾਸਟ ਬੋਲੋ ਟਾਪ ਕੰਟੇ ਤੋਂ ਬਾਅਦ ਕੀ ਹੀ ਟੁਕਲੀਮ ਚ ਮੁਕਦਮ ਟਾਪ ਕੰਟੇ ਚੁਕਲੀਮ ਟਮਕਦਮ ਟਮਕਦਮ ਟਾਪ ਕੰਟੇ ਟਮਕ ਟਮ ਟਮ ਟਾਪ ਕੰਟੇ ਟੁਕਲੀਮ ਚਮਕਦਮ ਟਾਪ ਕੰਟੇ ਟੁਕਲੀਮ ਚਮਕਦਮ ਟਾਪ ਕੰਟੇ ਚੁਕਲੀਮ ਚਮਕਦਮ ਹਾਂ ਬੋਲਣ ਤੇ ਟਾਪ ਕੰਟੇ ਚੁਕਲੀਮ ਚਮਕਦਮ ਅੱਗੇ ਨਹੀਂ ਬੋਲਿਆ ਅੱਗੇ ਤੂੰ ਬੋਲਣਾ ਫਿਰ ਪਹਿਲੇ ਤੂੰ ਹੀ ਬੋਲਣਾ ਨਾ ਮੈਂ ਤੁਹਾਡੇ ਕੋ ਪੁੱਛਿਆ ਟਾਪ ਕੰਟੇ ਟੁਕਲੀਮ ਚਮਕਦਮ ਡੁਬਕ ਚੁੰਗਦੇ ਡੁਬਕ ਚੁੰਗਦੇ ਟਿਕਲਮ ਟੁਕਲਮ ਟਿਕਲਮ ਟੁਕਲਮ ਟਾਪ ਕੰਟੇ ਬੋਲ ਗਏ ਬੋਲ ਗਏ ਇੱਕ ਵਾਰ ਦੁਬਾਰਾ ਹੋ ਜਾ ਭੈਣ ਬਹੁਤ ਵਧੀਆ ਤੂੰ ਜਿੱਤ ਗਈ ਮੈਂ ਹਾਰ ਗਿਆ ਚਲੋ ਠੀਕ ਆ ਹੁਣ ਮੈਂ ਤੁਹਾਡੀ ਮਿਮਿਕਰੀ ਕਰਕੇ ਵਿਖਾਣੀ ਹਾਂ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਰੱਖੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਨਾਲ ਬੋਲਦਾ ਮੈਂ ਹਾਂਜੀ ਪਿਆਰ ਨਾਲ ਹੀ ਮੈਂ ਇਹ ਸਤਿ ਸ਼੍ਰੀ ਅਕਾਲ ਮੈਂ ਠਾ ਮਾਰੀ ਹੁੰਦੀ ਨਹੀਂ ਠਾ ਨਹੀਂ ਮਾਰੀ ਮੈਂ ਵੀ ਪਿਆਰ ਨਾਲ ਹੀ ਗਿਆ ਆ ਪਿਆਰ ਹੈ ਹਾਂ ਚਲੋ ਠੀਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰਵਨੀਤ ਤੇ ਤੁਸੀਂ ਦੇਖ ਰਹੇ ਹੋ ਮੇਰਾ ਪਿਆਰਾ ਸ਼ੋਅ ਕੀ ਨਾਮ ਸ਼ੋਅ ਦਾ ਹਾਂਜੀ ਕੰਟੀਨੀ ਮੰਡੀਰ ਹਾਂਜੀ ਹੁਣ ਆਪਾਂ ਪਹਿਲੇ ਬੱਚੇ ਨੂੰ ਪੇਸ਼ ਕੀਤਾ ਜਾਵੇ ਚਲੋ ਆਓ ਜੀ ਆਓ ਕਿੱਧਰ ਦੇ ਰਹਿਣ ਵਾਲੇ ਹੋ ਤੁਸੀਂ ਮੈਂ ਸੁਲਤਾਨਵਿੰਡ ਪਿੰਡ ਸੁਲਤਾਨਵਿਰ ਪਿੰਡ ਕਿਹੜਾ ਪਿੰਡ ਲੈ ਜਾਓ ਤੁਹਾਨੂੰ ਕੋਈ ਗੱਲ ਨਹੀਂ ਮੈਂ ਲੈ ਜਾਵਾਂਗੀ ਜਾਓਗੇ ਮੇਰੇ ਘਰੇ ਕੋਈ ਨਹੀਂ ਮੈਂ ਲੈ ਜਾਵਾਂਗੀ ਕੀ ਨਾ ਨਾ ਮੈਂ ਨਹੀਂ ਭਰਾ ਕਿਸੇ ਦੇ ਘਰ ਜਾਣਾ ਹੁੰਦਾ ਭੈਣ ਤੂੰ ਰਹਿਣ ਦੇ ਇਹ ਤੇ ਇੱਕ ਵਾਰ ਗੁੱਟ ਫੜਨਾ ਛੱਡਦੀਆਂ ਹੀ ਨਹੀਂ ਹੁੰਦੀਆਂ ਤੁਹਾਡੇ ਘਰ ਵਿੱਚ ਹੈ ਕੌਣ 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 ਰਹਿੰਦਾ ਪਿਆਰ ਨਾਲ ਪੁੱਛਦਾ ਮੈਂ ਤੁਹਾਡੇ ਘਰ 'ਚ ਕੌਣ ਕੌਣ ਹੈ ਤੂੰ ਪੁੱਛਣ ਦੀ ਤੁਹਾਡੇ ਘਰ 'ਚ ਹੈ ਕੌਣ ਹਾਂ ਤੁਹਾਡੇ ਘਰ 'ਚ ਹੈ ਕੌਣ ਨਾ 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 ਪਿਆਰ ਨਾਲ ਤੁਹਾਡੇ ਘਰ 'ਚ ਕੌਣ ਕੌਣ ਹੈ ਹਾਂ ਹੈ ਕੌਣ ਨਹੀਂ ਜੇ ਲੜਨਾ ਤੇ ਮੇਰੇ ਘਰ 'ਚ ਬਹੁਤ ਸਾਰੇ ਲੜਾਕੇ ਆ ਨਹੀਂ ਨਹੀਂ ਮੈਂ ਲੜਨਾ ਨਹੀਂ ਚਾਹੁੰਦਾ ਭਰਾ ਐਵੇਂ ਕੱਲ ਮੈਨੂੰ ਡੰਡੇ ਡੁੰਡੇ ਮਾਰ ਦੇਣ ਫੇਰ ਕੀ ਨਾ ਨਾ ਆਪਾਂ ਲੜਨ ਵਾਲੀ ਗੱਲ ਨਹੀਂ ਕਰਨੀ ਕੀ ਸੁਣਾਓਗੇ ਆਪਾਂ ਸੁਣਾਵਾਂਗੇ ਆਪਾਂ ਭੰਗੜਾ ਪਾਵਾਂਗੇ ਸਪੈਸ਼ਲ ਐਪੀਸੋਡ ਸਾਡੇ ਸਪੋਂਸਰ ਪ੍ਰੋਜ ਸਾਡੇ ਨਾਲ ਹੈ ਸੈਕਿੰਡ ਸੈਗਮੈਂਟ ਦੇ ਜਿਹੜੇ ਵਿਨਰਸ ਹੈਗੇ ਨੇ ਉਹਨਾਂ ਉਹਦੇ ਜਿਹੜੇ ਐਲਾਨ ਕੀਤੇ ਗਏ ਨੇ ਉਹ ਸਾਡੀ ਜਿਹੜੀ ਟੀਮ ਹੈਗੀ ਹੈ ਪ੍ਰੋਜ ਦੀ ਉਹ ਇੱਥੇ ਹੈਗੇ ਨੇ ਸੋ ਪ੍ਰੋਜ ਵਾਲੇ ਮੈਮ ਨੂੰ ਮੈਂ ਰਿਕੁਐਸਟ ਕਰਦਾ ਕਿ ਆਇਓ ਫਸਟ ਰਾਊਂਡ ਤੋਂ ਬਾਅਦ ਪ੍ਰੋਜ ਐਕਸਲ ਸੈਕਿੰਡ ਰਾਊਂਡ ਦੇ ਲਈ ਬਹੁਤ ਸਾਰੀਆਂ ਮਿਸ ਕਾਲਸ ਆਈਆਂ ਸੋ ਜਿੱਦਾਂ ਜਿੱਦਾਂ ਮੈਂ ਯੂਨੀਕ ਕੋਡਸ ਅਨਾਊਂਸ ਕਰ ਰਹੀ ਹਾਂ ਪਲੀਜ਼ ਵਿਨਰਸ ਸਾਈਟ ਤੇ ਆ ਕੇ ਆਪਣੇ ਗਿਫਟ ਹੈਂਪਰ ਰਿਸੀਵ ਕਰ ਲੈਣ ਡਿਜੀਟਲ ਲਾਈਫ ਕੰਟੈਸਟ ਦੇ ਫਸਟ ਵਿਨਰ ਪਲੀਜ਼ ਆਪਣਾ ਗਿਫਟ ਹੈਂਪਰ ਲੈ ਲੈਣ ਜ਼ੋਰਦਾਰ ਬੱਚਿਆਂ ਨਾਲ ਗੱਲਬਾਤ ਕਰ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਆਏ ਹੋਏ ਹਾਂ ਬਹੁਤ ਸ਼ਾਨਦਾਰ ਕੈਂਪਸ ਬੱਚਿਆਂ ਦੇ ਵਿੱਚ ਕੌਨਫੀਡੈਂਸ ਲੈਵਲ ਬਹੁਤ ਵਧੀਆ ਬੱਚਿਆਂ ਦੇ ਵਿੱਚ ਐਨਰਜੀ ਬਹੁਤ ਜ਼ਿਆਦਾ ਔਰ ਟੱਪੇ ਸੁਣਾਏ ਸੀ ਪਹਿਲਾਂ ਬ੍ਰੇਕ ਤੋਂ ਪਹਿਲਾਂ ਸੋ ਪੁਰਾਣੇ ਰੰਗ ਵੀ ਬੱਚਿਆਂ ਦੇ ਵਿੱਚ ਹੈਗੇ ਨੇ ਸੋ ਸੱਭਿਆਚਾਰ ਨਾਲ ਜੁੜੇ ਹੋਏ ਨੇ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਸਵਨੀਤ ਕੌਰ ਸਵਨੀਤ ਤੁਹਾਡਾ ਜੀ ਸਪਨਾ ਸਪਨਾ ਜੀ ਦੋਵੇਂ ਸੱਸੇ ਤੋਂ ਆਈਆਂ ਹਾਂਜੀ ਚਲੋ ਬਹੁਤ ਵਧੀਆ ਕਿੱਥੋਂ ਬਿਲੋਂਗ ਕਰਦੇ ਅੰਮ੍ਰਿਤਸਰ ਤੋਂ ਹੀ ਆ ਅੰਮ੍ਰਿਤਸਰ ਤੋਂ ਕਿਹੜੀ ਕਲਾਸ ਪੜ੍ਹਦੇ ਹੋ ਜੀ ਸੈਕੰਡ ਈਅਰ ਨਾਲ ਵਾਲੇ ਕਾਲਜ ਤੋਂ ਤੁਹਾਡੇ ਕਰਕੇ ਸਪੈਸ਼ਲ ਇੱਧਰ ਆਏ ਹਾਂ ਥੈਂਕ ਯੂ ਤੁਹਾਡੇ ਤੁਹਾਡੇ ਕਰਕੇ ਪ੍ਰੇਅਰ ਦੀਆਂ ਗਾਣੀਆਂ ਪਈਆਂ ਤੁਹਾਡੇ ਕਰਕੇ ਤੁਹਾਡੀਆਂ ਦੁਆਵਾਂ ਨਾਲ ਤੁਹਾਡੇ ਪਿਆਰ ਨਾਲ ਕੀ ਸੁਣਾਓਗੇ ਕੀ ਪੇਸ਼ ਕਰੋਗੇ ਅਸੀਂ ਢੋਲ ਤੇ ਭੰਗੜਾ ਕਰਾਂਗੇ ਢੋਲ ਤੇ ਭੰਗੜਾ ਪਰਿਵਾਰ 'ਚ ਕੌਣ ਕੌਣ ਤੁਹਾਡੇ ਮੇਰੇ ਮੰਮਾ ਜੀ ਪਾਪਾ ਜੀ ਬ੍ਰਦਰ ਜੀ ਐਂਡ ਮੈਂ ਜੀ ਵਾਹ ਜੀ ਵਾਹ ਤੁਹਾਡੇ ਜੀ ਮੇਰੇ ਵੀ ਮੰਮਾ ਜੀ ਪਾਪਾ ਜੀ ਬ੍ਰਦਰ ਤੇ ਮੈਂ ਚਲੋ ਬਹੁਤ ਵਧੀਆ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਡੈਡੀ ਕੀ ਕਰਦੇ ਨੇ ਪਾਪਾ ਫਾਰਮਰ ਹੈਗੇ ਨੇ ਨਾਲ ਖੇਤੀ ਦਾ ਕੰਮ ਵੀ ਹੈ ਤੇ ਨਾਲ ਐਲਡੀਡੀ ਵਗੈਰਾ ਦਾ ਵੀ ਹੈਗਾ ਸਾਰਾ ਕੰਬਾਈਨ ਹੈ ਜੁਆਇੰਟ ਫੈਮਿਲੀ ਹੈ ਸਾਡੀ ਚਲੋ ਬਹੁਤ ਵਧੀਆ ਕੌਣ ਕੌਣ ਰਹਿੰਦਾ ਪਰਿਵਾਰ 'ਚ ਕਿਉਂਕਿ ਅੱਜ ਕੱਲ੍ਹ ਪਰਿਵਾਰ ਆਪਾਂ ਦੇਖਿਆ ਵੀ ਟੁੱਟ ਗਏ ਨੇ ਭਰਾ ਭਰਾ ਅੱਡ ਹੋ ਗਏ ਨੇ ਘਰਾਂ ਦੇ ਵਿੱਚ ਚਲੋ ਕਿਤੇ ਨਾ ਕਿਤੇ ਜ਼ਰੂਰੀ ਵੀ ਹੁੰਦਾ ਪਰ ਇਹ ਵੀ ਜਿਹੜੀ ਜੁਆਇੰਟ ਫੈਮਿਲੀ ਹੁੰਦੀ ਹੈ ਉਹ ਇੱਕ ਸੁਨੇਹਾ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ 19 ਦੀ ਜਾਂ ਹੁਣ 20 ਚੜ੍ਹਨ ਵਾਲਾ ਅੱਜ ਵੀ ਪਰਿਵਾਰ ਇਕੱਠਾ ਰਹਿੰਦਾ ਇੱਕੋ ਚੁੱਲ੍ਹੇ ਤੇ ਰੋਟੀ ਬਣਦੀ ਹੈ ਕਿਆ ਬਾਤ ਹੈ ਕਿਆ ਬਾਤ ਹੈ ਸੋ ਇਹ ਵੀ ਸੁਨੇਹਾ ਜਾਂਦਾ ਇਕੱਠੇ ਰਹੀਦਾ ਹੁੰਦਾ ਜਿੱਥੇ ਯੂਨਿਟੀ ਹੋਵੇ ਉੱਥੇ ਏਕੇ 'ਚ ਕਹਿੰਦੇ ਬਹਾਦਰੀ ਹੁੰਦੀ ਹੈ ਕੌਣ ਕੌਣ ਹੈ ਜੀ ਪਰਿਵਾਰ 'ਚ
ਸਾਡੀ ਜੁਆਇੰਟ ਫੈਮਿਲੀ ਹੈ ਵਿਦ 20 ਮੈਂਬਰਸ। ਅੱਜ ਕੱਲ੍ਹ ਪਰਿਵਾਰ ਰਹਿ ਗਏ ਨਿੱਕੇ ਨਿੱਕੇ, ਰਾਤ ਨੂੰ 10 ਰੋਟੀਆਂ ਬਣ ਗਈਆਂ, 8 ਬਣ ਗਈਆਂ, ਕੋਈ ਬਾਹਰੋਂ ਖਾਣ ਦਾ ਮੇਰੇ ਵਰਗਾ ਵੀ, ਚਲੋ ਮੰਮੀ ਡੈਡੀ ਤੁਸੀਂ ਘਰੇ ਖਾ ਲਿਓ, ਇੱਧਰ 20 ਜਣੇ ਰੋਟੀਆਂ ਸਾਡੇ ਆਪ ਹੀ ਬਣਾਉਂਦੇ ਨੇ, ਘਰ ਹੀ ਖਾਂਦੇ, ਬਾਹਰ ਨਹੀਂ ਜਾਂਦੇ, ਹੋਟਲ 'ਚ ਨਹੀਂ ਜਾਂਦੇ। ਬਹੁਤ ਵਧੀਆ ਗੱਲ, ਹਾਂਜੀ ਸਾਨੂੰ ਵੀ ਮਜਬੂਰਨ ਖਾਣੀਆਂ ਪੈਂਦੀਆਂ, ਸਾਡਾ ਵੀ ਜੀ ਕਰਦਾ ਰਾਤ ਨੂੰ 21 ਜਣੇ ਦੀ ਕਹਿ ਦਿਓ। ਠੀਕ ਹੈ, 20 ਤਾਂ ਤੁਹਾਡੇ ਘਰ ਦੇ ਹੋਗੇ, ਇੱਕ ਮੈਂ ਫਿਲਹਾਲ, ਭੂਆ ਜੀ ਵੀ ਆਏ ਹੋਏ ਨੇ, ਫਿਰ 25 ਲਾ ਲਓ, 25 ਜਾਣੇ ਹਰ ਫਿਲਹਾਲ ਸਾਡੇ ਘਰ ਵਿੱਚ। ਅੱਛਾ, ਭੂਆ ਜੀ ਵੀ ਆਏ ਨੇ? ਹਾਂਜੀ, ਭੂਆ ਜੀ ਘਰੇ ਆਏ ਨੇ ਮਤਲਬ? ਹਾਂਜੀ, ਆਸਟ੍ਰੇਲੀਆ ਤੋਂ ਆਏ ਹੋਏ ਨੇ। ਅੱਛਾ, ਆਸਟ੍ਰੇਲੀਆ ਤੋਂ ਆਏ ਨੇ, ਕੌਣ ਕੌਣ ਆਇਆ ਬਾਹਰੋਂ? ਉਹਨਾਂ ਦੀ ਸਾਰੀ ਫੈਮਿਲੀ ਆਈ, ਭੂਆ ਜੀ, ਉਹਨਾਂ ਦੇ ਦੋ ਬੱਚੇ, ਨਾਲ ਉਹਨਾਂ ਦੇ ਹਸਬੈਂਡ ਤੇ ਨਾਲ ਉਹਨਾਂ ਦੀ ਸੱਸ। ਭੂਆ ਜੀ ਫੁੱਫੜ ਜੀ ਹੋਏ ਨਾ ਫਿਰ? ਅੱਛਾ, ਫੁੱਫੜ ਜੀ ਨੀ ਕਹਿਣ ਦੀ, ਉਹਨਾਂ ਦੇ ਹਸਬੈਂਡ ਫੁੱਫੜ ਜੀ ਕਹਿੰਦੇ ਸੰਗਲਾ ਦੀ, ਕਹੋ ਫੁੱਫੜ ਜੀ ਆਏ ਨੇ ਸਾਡੇ, ਫੁੱਫੜ ਜੀ ਆਏ ਨੇ ਸਾਡੇ, ਸਾਡੇ ਡੈਡੀ ਦੇ ਪ੍ਰਾਹੁਣਾ ਜੀ ਆਏ ਨੇ, ਕਹੋ ਕਹੋ ਸਾਡੇ ਫੁੱਫੜ ਜੀ ਆਏ ਨੇ, ਮੂੰਹ ਫੁੱਲ ਜਾਂਦਾ ਜਦੋਂ ਫੁੱਫੜ ਜੀ ਕਹਿੰਦਾ, ਫੁੱਫੜ ਜੀ ਆਏ ਨੇ ਸਾਡੇ। ਠੀਕ ਹੈ, ਫੁੱਫੜ ਜੀ ਆਏ ਨੇ, ਪ੍ਰਾਹੁਣਾ ਤੇ ਮਜੀਠੇ ਦਾ ਨਹੀਂ ਮਾਣ ਹੁੰਦਾ, ਇਹ ਤੇ ਆਸਟ੍ਰੇਲੀਆ ਤੋਂ ਆਇਆ। ਓਕੇ, ਉਹ ਕਹਿੰਦੇ ਮੈਨੂੰ ਫੁੱਫੜ ਨੇ ਕਿਆ ਕਰੋ, ਮੈਨੂੰ ਜੀਜੂ ਕਿਆ ਕਰੋ, ਜੀਜੂ ਨਹੀਂ ਫੁੱਫੜ ਜੀ ਆਸਟ੍ਰੇਲੀਆ ਤੋਂ। ਠੀਕ ਹੈ, ਯਾ ਕਿੱਥੇ ਰਹਿੰਦੇ ਆਸਟ੍ਰੇਲੀਆ ਦੇ ਵਿੱਚ? ਮੈਲਬੋਰਨ। ਮੈਲਬੋਰਨ, ਚਲੋ ਬਹੁਤ ਵਧੀਆ, ਤੁਸੀਂ ਵੀ ਜਾਓ ਮੈਲਬੋਰਨ। ਠੀਕ ਹੈ, ਥੈਂਕ ਯੂ। ਕੀ ਲੈ ਕੇ ਆਏ ਫਿਰ ਫੁੱਫੜ ਜੀ, ਭੂਆ ਜੀ ਆਏ ਨੇ? ਬਹੁਤ ਕੁਝ ਲੈ ਕੇ ਮੇਰੇ ਲਈ, ਸ਼ੂਜ਼, ਕੱਪੜੇ। ਓਏ ਹੋਏ ਹੋਏ ਹੋਏ, ਮੈਂ ਤੇ ਭੂਆ ਜੀ ਦੇ ਰੈਂਟ ਵਿੱਚ ਰਹਿੰਦੀ ਹੋਈ ਆ। ਹਾਂਜੀ, ਹੋਰ ਕੀ ਕੀ? ਮੇਕਅਪ ਦਾ ਸਮਾਨ ਲੈ ਕੇ ਆਏ ਨੇ, ਹਾਂਜੀ, ਬਹੁਤ ਕੁਝ ਲੈ ਕੇ ਆਏ ਨੇ। ਚਲੋ ਵਧੀਆ ਵਧੀਆ ਵਧੀਆ, ਸਾਡੇ ਚਾਚਾ ਤਾਂ ਲੱਗੇ ਹੀ ਰਹਿੰਦੇ ਨੇ, ਟੋਟਲ 100 ਮੈਂਬਰਸ ਹੈਗੇ ਨੇ ਸਾਡੀ ਫੈਮਿਲੀ। ਇਹ ਤੇ ਵਧੀਆ ਜਾਣ ਡਿਆ, ਜਿੱਦਾਂ ਜਿੱਦਾਂ ਪ੍ਰੋਗਰਾਮ ਵਧਣ ਡਿਆ, ਤੁਹਾਡੇ ਤੇ ਜੀ ਵੱਧ ਗਏ, 100 ਬੰਦਾ ਤੁਹਾਡੇ ਤੇ ਪੰਚਾਇਤ ਬਣਦੀ ਹੋਣੀ ਆਪਣੀ। ਪਰਿਵਾਰ ਨੂੰ ਆਲੇ ਦੁਆਲੇ ਵਾਲਿਆਂ ਨੂੰ, ਜਿਹੜਾ ਮੈਨੇ 100 ਬੰਦਾ ਗਣਾਇਆ, ਪਰਿਵਾਰ ਵਧੇ ਫੁੱਲੇ, ਏਦਾਂ ਹੀ ਇਕੱਠੇ ਰਹੋ, ਤੰਦਰੁਸਤ ਰਹੋ, ਤਰੱਕੀਆਂ ਚ ਰਹੋ। ਜੈ ਮਾਝਾ, ਜੈ ਮਝੈਲ ਮਾਝ ਵਾਲੇ ਵੈਸੇ ਵੀ ਇਕੱਠੇ ਰਹਿੰਦੇ ਆ। ਤੇ ਤੁਹਾਡੇ? ਮੇਰੇ ਮੰਮਾ ਜੀ, ਪਾਪਾ ਜੀ ਤੇ ਮੈਂ ਤੇ ਮੇਰਾ ਬ੍ਰਦਰ। ਤੁਸੀਂ 4 ਜਣੇ? ਤੁਹਾਡੀ ਸਿਹਤ ਤੋਂ ਲੱਗਣੇ, ਰੋਟੀਆਂ ਘੱਟ ਬਣਦੀਆਂ ਸਾਰੇ ਕਹਿੰਦੇ ਆ। ਨਹੀਂ ਨਹੀਂ ਕੋਈ ਨਹੀਂ, ਵਧੀਆ ਵਧੀਆ, ਚੜ੍ਹਦੀ ਕਲਾ ਚ ਰਹੋ, ਖੁਸ਼ ਠੀਕ ਆ, ਹੈਂ ਠੀਕ ਆ, ਠੀਕ ਆ, ਵਧੀਆ ਵਧੀਆ। ਜਦੋਂ ਸਿਹਤ ਬਣਾਉਣੀ ਹੋਵੇ ਇਹਨਾਂ ਦੇ ਘਰੇ ਚੱਲ ਜਾ ਕਰੋ, ਇਹ ਮੇਰੀ ਰੋਟੀ ਵੀ ਖਾ ਜਾਂਦੀ ਆ ਘਰੇ, ਫਿਰ 20 ਜਣੇ ਨਾ ਰੋਟੀ ਬਣਦੀ ਉਨੀ ਕੁ। ਕਹਿੰਦੀ ਆ ਕਿ ਸਬਜ਼ੀ ਨਹੀਂ ਬਚਦੀ, ਨਹੀਂ ਸਬਜ਼ੀ ਰਾਤ ਤੱਕ ਕਿੱਥੇ ਬਚਣੀ, ਉਹਨੂੰ ਮੁੱਕੇ ਮਾਰ ਡੀ ਨਾ ਬੋਲ, ਸਬਜ਼ੀ ਨਹੀਂ ਬਚਦੀ ਤੇ ਘਰ। ਹੋਰ 20 ਜਣੇ ਵਹਿ ਆ, 5 ਜਣੇ ਭੂਆ ਜੀ ਤੋਂ ਆਏ ਆ, 4 ਜਣੇ ਇੱਕ ਮੈਨੂੰ ਕਹਿੰਦੀ ਵੀ ਆਓ ਤੁਸੀਂ, ਮੁੜ ਕੇ ਸਬਜ਼ੀ ਨਾ ਹੋਵੇ ਉੱਥੇ। ਇਹ ਰੋਟੀ ਨਹੀਂ ਸਵੇਰੇ ਲੈ ਕੇ ਆਂਦੀ, ਇਹ ਕਹਿੰਦੀ ਆ ਕਿ ਜਦ ਤੱਕ ਰਾਤੀ ਜਾਂਦੇ ਖਤਮ ਹੋ ਜਾਂਦੀ ਆ। ਮੈਂ ਤੁਹਾਨੂੰ ਕਹਿਣ ਦੇ ਡਿਆ ਮੇਰੀ ਭੈਣੇ, ਵੀ ਇਹਨਾਂ ਦੇ ਘਰੇ ਰੋਟੀ ਥੋੜੀ ਪੈ ਜਾਂਦੀ, ਕਿੱਥੋਂ ਲੈ ਕੇ ਆਵੇ 20 ਜਣੇ ਆਓ। ਚਲ ਬਹੁਤ ਵਧੀਆ, ਖਵਾ ਦਿਆ ਕਰੋ ਮਿਲ ਬਣ ਕੇ, ਤੂੰ ਵੀ ਲੈ ਕਰ ਕਦੇ, ਹੱਸੀ ਜਾਨੀ ਹੈ ਮੇਰੀ ਭੈਣ ਆ। ਹਾਂ ਭੈਣ ਆ, ਵੇਖਿਆ ਨਾਲ ਹੀ ਭੈਣ ਆ, ਤੂੰ ਵੀ ਖਵਾ ਦਿਆ ਕਰ ਇਹਨੂੰ ਕੁਛ, ਲਿਆ ਦਿਆ ਕਰ ਕੋਈ। ਮੈਂ ਖਵਾਉਂਦੀ ਆ, ਬੋਲਦੀ ਨਹੀਂ ਪਈ। ਬੋਲ ਬਈ, ਕੁਛ ਨਹੀਂ ਖਵਾਉਂਦੀ। ਲੈ ਚਲੋ ਬਹੁਤ ਵਧੀਆ, ਤੁਸੀਂ ਲੜਨਾ ਪਿਓ, ਜਾਂਦੇ ਜਾਂਦੇ ਆ ਭੰਗੜਾ ਪਾਉਣਾ। ਹਾਂਜੀ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ, ਗੋਡ ਬਲੈਸ ਯੂ, ਚੜ੍ਹਦੀ ਕਲਾ ਚ ਰਹੋ, ਖੁਸ਼ ਰਹੋ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ? ਕਿਰਨਦੀਪ ਕੌਰ। ਕਿੱਥੋਂ ਜੀ? ਡਿਸਟ੍ਰਿਕਟ ਗੁਰਦਾਸਪੁਰ। ਫੇਰ ਸੋਚ ਲਓ, ਡਿਸਟ੍ਰਿਕਟ ਗੁਰਦਾਸਪੁਰ। ਜਿਹੜਾ ਗੁਰਦਾਸਪੁਰ, ਪਿੰਡ ਕਿਹੜਾ ਜੀ? ਕਨੀਏ ਕੇ ਬਾਂਗਰ, ਬਟਾਲਾ ਸਾਈਡ। ਹਾਂ, ਬਟਾਲੇ ਦੇ ਕੋਲ। ਹਾਂਜੀ, ਚਲੋ ਬਹੁਤ ਵਧੀਆ, ਫਿਰ ਇੱਥੇ ਫਿਰ ਅਪ ਡਾਊਨ ਕਰਦੇ ਹੋ ਡੇਲੀ? ਨਹੀਂ, ਹੋਸਟਲ ਰਹਿੰਦੇ ਹਾਂ। ਹੋਸਟਲ ਰਹਿੰਦਾ? ਹਾਂਜੀ। ਪਰਿਵਾਰ ਚ ਕੌਣ ਕੌਣ ਜੀ? ਮੰਮਾ ਜੀ, ਪਾਪਾ ਜੀ, ਬ੍ਰਦਰ ਜੀ ਐਂਡ ਮੈਂ। ਸਿੱਖ ਗਏ, ਸਿੱਖ ਗਏ, ਸਿਆਣੇ ਹੋ ਗਏ। ਕੀ ਕਰਦੇ ਨੇ ਡੈਡੀ ਜੀ? ਖੇਤੀਬਾੜੀ? ਡਰਾਈਵਰ ਨੇ। ਬਹੁਤ ਵਧੀਆ, ਆਪਣਾ ਕੰਮ ਹੱਥੀ ਕੰਮ, ਬਹੁਤ ਵਧੀਆ। ਕੀ ਸੁਣਾਓਗੇ? ਪਹਿਲਾਂ ਤਾਂ ਟੰਗ ਟਵਿਸਟਰ ਤੁਹਾਨੂੰ, ਕੀ ਤੁਸੀਂ ਬੋਲੋ 5 ਵਾਰ ਟੰਗ ਟਵਿਸਟਰ। ਹਾਂਜੀ, ਅੱਛਾ, ਹਾਂਜੀ। ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ। ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ, ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ। ਕਿੱਥੋਂ? ਠੀਕ ਨਹੀਂ ਬੋਲਣ ਡਿਆ? ਨੋ ਸਰ। ਇਹ ਠੀਕ ਕੀ ਹੈ ਫਿਰ? ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ। ਤੇ ਮੈਂ ਵੀ ਤੇ ਇਹੀ ਬੋਲਣ ਡਿਆ ਭੈਣ। ਲੈ, ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ। ਸਰ 5 ਵਾਰ ਬੋਲਾ ਹੈ। 4 ਵਾਰ ਤੇ ਬੋਲ ਗਿਆ ਮੈਂ। ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ, ਪ੍ਰੋ ਇਜ਼ ਗੋ ਐਕਸਲ, ਗੋ ਫੋਰ ਪ੍ਰੋ ਇਜ਼ ਐਕਸਲ। ਅੱਗੇ ਸਰ, ਗਿਫਟ ਗਿਫਟ ਦਿੱਤੇ ਆ ਨਾ। ਥੈਂਕ ਯੂ ਸੋ ਮਚ, ਹੋਰ ਕੀ ਸੁਣਾਓਗੇ ਜੀ? ਮੈਂ ਬੁੱਲੇ ਸ਼ਾਹ ਦੀ ਕਲਾਮ। ਵਾਹ ਵਾਹ ਵਾਹ, ਬੁੱਲੇ ਸ਼ਾਹ। ਚੜ੍ਹਦੇ ਸੂਰਜ ਢਲਦੇ ਦੇਖੇ, ਹਾਂ, ਬੁੱਝਦੇ ਦੀਵੇ ਬਲਦੇ ਦੇਖੇ, ਜਿੰਨਾ ਦਾਣਾ ਜਗਦੇ ਕੋਈ, ਉਹ ਵੀ ਪੁੱਤਰ ਪਾਲਦੇ ਦੇਖੇ, ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ, ਲੋਕੀ ਕਹਿੰਦੇ ਦਾਲ ਨਹੀਂ ਗਲਦੀ, ਮੈਂ ਤਾਂ ਬੰਦੇ ਗਲਦੇ ਦੇਖੇ। ਬੰਦੇ ਕਿੱਥੋਂ?
ਨਹੀਂ ਬੰਦੇ ਗਲਦੇ ਦੇਖੇ ਮੈਂ ਵੀ ਹੈਰਾਨ ਹਾਂ ਵੀ ਬੰਦੇ ਕਿਵੇਂ ਗਲ ਗਏ ਮੈਂ ਤਾਂ ਪੱਥਰ ਗਲਦੇ ਦੇਖੇ ਜਿਨ੍ਹਾਂ ਨੇ ਕਦੇ ਨਾ ਕੀਤੀ ਰੱਬ ਦੀ ਬੁਲਿਆ ਹੱਥ ਖਾਲੀ ਉਹ ਮਲਦੇ ਦੇਖੇ ਬਹੁਤ ਵਧੀਆ ਥੈਂਕ ਯੂ ਚਲੋ ਜੀ ਕਿਤੇ ਨਾ ਜਾਇਓ ਮੱਝ ਦੇ ਵਿੱਚ ਰੌਣਕਾਂ ਲੱਗੀਆਂ ਨੇ ਹੁਣ ਵਕਤ ਇੱਕ ਨਿੱਕੇ ਜਿਹੇ ਬ੍ਰੇਕ ਦਾ ਅਸੀਂ ਇੱਦਾਂ ਗਏ ਅਤੇ ਇੱਦਾਂ ਗਏ ਸਪੈਸ਼ਲ ਐਪੀਸੋਡ ਸਾਡਾ ਇੰਜੋਏ ਕਰਦੇ ਰਹੋ ਕੰਟੀਨਿਊ ਮੰਡੀਰ ਇਜ਼ ਬ੍ਰੌਟ ਟੂ ਯੂ ਬਾਏ ਪ੍ਰੋਇਜ਼ ਥੈਂਕ ਯੂ ਸੋ ਮੱਚ ਚਲੋ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸੋਚਦਾ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨਿਊ ਮੰਡੀਰ ਇਜ਼ ਬ੍ਰੌਟ ਟੂ ਯੂ ਬਾਏ ਪ੍ਰੋਇਜ਼ ਸਪੈਸ਼ਲ ਐਪੀਸੋਡ ਸਪੋਂਸਰ ਦਾ ਬਹੁਤ ਸਾਰਾ ਥੈਂਕ ਯੂ ਕਰਦੇ ਹਾਂ ਸਾਡੇ ਨਾਲ ਜੁੜੇ ਨੇ ਗਿਫਟ ਐਂਪਰਸ ਵੀ ਦੇ ਰਹੇ ਨੇ ਥਰਡ ਸੈਗਮੈਂਟ ਦੇ ਵਿੱਚ ਫਿਰ ਲਾਈਵ ਡਿਜੀਟਲ ਕੰਟੈਸਟ ਚੱਲ ਰਿਹਾ ਨੰਬਰ ਦਿੱਤਾ ਹੋਇਆ ਜੀ 9667702703 ਇਸ ਨੰਬਰ ਦੇ ਉੱਤੇ ਮਿਸ ਕਾਲ ਕਰੋ ਯੂਨੀਕ ਕੋਡ ਸਾਡੇ ਕੋਲ ਪਹੁੰਚ ਜਾਣਗੇ ਅਤੇ ਰੈਂਡਮਲੀ ਵਿਨਰਸ ਜਿਹੜੇ ਹੈਗੇ ਨੇ ਉਹ ਪ੍ਰੋਇਜ਼ ਦੀ ਟੀਮ ਵੱਲੋਂ ਐਲਾਨੇ ਜਾਣਗੇ ਸੋ ਪਿਛਲੇ ਵਿਨਰਸ ਨੂੰ ਬਹੁਤ ਸਾਰੀਆਂ ਮੁਬਾਰਕਾਂ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਬੱਚਿਆਂ ਦੇ ਵਿੱਚ ਬਹੁਤ ਟੈਲੈਂਟ ਹੈ ਅਗਲੇ ਬੱਚੇ ਨੂੰ ਸਦਾ ਦੇਣਾ ਆਓ ਜੀ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਮੰਮਾ ਪਾਪਾ ਮੈਂ ਮੇਰੇ ਤਾਇਆ ਜੀ ਦੋ ਤਾਇਆ ਜੀ ਉਹਨਾਂ ਦੇ ਦੋ ਦੋ ਬੱਚੇ ਰੱਬ ਸਿੱਧੀਆਂ ਪਾਉਂਦਾ ਸੋ ਉਹਨਾਂ ਦੇ ਆਸ਼ੀਰਵਾਦ ਨਾਲ ਉਹਨਾਂ ਦੀਆਂ ਦੁਆਵਾਂ ਦੇ ਨਾਲ ਸੋ ਜੇ ਸ਼ੋਅ ਨੂੰ ਪਿਆਰ ਕਰਦੇ ਨੇ ਤਾਂ ਮੇਰੇ ਤੋਂ ਮੇਰੇ ਸ਼ੋਅ ਲਈ ਇਸ ਤੋਂ ਵੱਡੀ ਗੱਲ ਨਹੀਂ ਹੁੰਦੀ ਜਦੋਂ ਕੋਈ ਵੱਡੀ ਉਮਰ ਦਾ ਬੰਦਾ ਸਿਆਣਾ ਬਜ਼ੁਰਗ ਜਦੋਂ ਕੋਈ ਸ਼ੋਅ ਦੇਖਦਾ ਉਹਦੀਆਂ ਦੁਆਵਾਂ ਲੱਗਦੀਆਂ ਨੇ ਸੋ ਥੈਂਕ ਯੂ ਸੋ ਮੱਚ ਜੀ ਤੁਹਾਡੇ ਦਾਦਾ ਜੀ ਦਾ ਸਪੈਸ਼ਲ ਤੌਰ 'ਤੇ ਬਹੁਤ ਸਾਰਾ ਧੰਨਵਾਦ ਤੁਹਾਡੇ ਸਾਰੇ ਪਰਿਵਾਰ ਦਾ ਜਿੰਨੇ ਵੀ ਤਾਇਆ ਜੀ ਨੇ ਚਾਚਾ ਜੀ ਨੇ ਸਾਰਿਆਂ ਨੂੰ ਬਹੁਤ ਸਾਰੀ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਪਿਆਰ ਇਹਨੇ ਉਹਨਾਂ ਨੂੰ ਵੀ ਪੁੱਛ ਲਈ ਸੁਣ ਲਓ ਹਾਂਜੀ 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 ਵੀਰੇ ਮੈਂ ਅੱਜ ਆਈ ਹਾਂ ਇੱਥੇ ਸਿਰਫ ਆਪਣੀ ਮੰਮਾ ਕਰਕੇ ਆਈ ਹਾਂ ਮੰਮਾ ਨੂੰ ਤੁਸੀਂ ਇੰਨੇ ਪਸੰਦ ਹੋ ਕਿ ਬੁੱਧਵਾਰ ਨੂੰ ਸਾਨੂੰ ਘਰੋਂ ਕੱਢਣ ਲਈ ਤਿਆਰ ਹੋ ਜਾਂਦੇ ਆ ਕਿ ਮੇਰਾ ਪੁੱਤ ਦਾ ਵੀ ਸੱਚੀ ਵੀਰੇ ਮੇਰੀ ਮੰਮਾ ਤੁਹਾਨੂੰ ਮਿਲਣਾ ਚਾਹੁੰਦੀ ਇਸ ਵਕਤ ਉਹਨਾਂ ਦਾ ਓਪਰੇਟ ਹੋਇਆ ਉਹ ਆ ਨਹੀਂ ਸਕਦੇ ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਕਿੱਥੇ ਨੇ ਓਪਰੇ ਕਿੱਥੇ ਚੱਲ ਰਿਹਾ ਓਪਰੇਸ਼ਨ ਓਪਰੇਸ਼ਨ ਤੋਂ ਹੋ ਗਏ ਇਸ ਵਕਤ ਘਰ ਉਹਨਾਂ ਨੂੰ ਰੈਸਟ ਦੀ ਲੋੜ ਹੈ ਕਿੱਥੇ ਤੁਹਾਡਾ ਮੇਰਾ ਘਰ ਆਪ ਲੱਗ ਗਈ ਹੈ ਪੰਡੋਰੀ ਵੜਾ 'ਚ ਕਿੰਨੀ ਕੁ ਦੂਰ ਇੱਥੋਂ ਥੋੜ੍ਹਾ ਜਿਹਾ ਹੀ ਆ ਮੈਂ ਦਿਲੋਂ ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਉਹਨਾਂ ਨੂੰ ਪਰਮਾਤਮਾ ਤੰਦਰੁਸਤ ਰੱਖੇ ਉਹ ਹੁਣੇ ਹੁਣੇ ਓਪਰੇਸ਼ਨ ਹੋਇਆ ਉਹਨਾਂ ਦਾ ਤੇ ਬੈੱਡ ਰੈਸਟ ਕਿੰਨੇ ਕਿੰਨਾ ਟਾਈਮ ਡਾਕਟਰ ਨੇ ਕਿਹਾ ਜੀ 3 ਮਹੀਨੇ ਚਲੋ 3 ਮਹੀਨੇ ਪਰਮਾਤਮਾ ਛੇਤੀ ਛੇਤੀ ਲੰਘਾਵੇ ਉਹਨਾਂ ਨੂੰ ਤੰਦਰੁਸਤ ਕਰੇ ਉਹਨਾਂ ਦੇ ਚਿਹਰੇ ਦੇ ਉੱਤੇ ਫਿਰ ਉਹੀ ਰੌਣਕ ਆਵੇ ਜਿਹੜੀ ਪਹਿਲਾਂ ਸੀ ਹੁਣ ਵੀ ਮੈਨੂੰ ਪਤਾ ਉਹ ਸ਼ੋਅ ਦੇਖਦੇ ਹੋਣਗੇ ਮੇਰਾ ਤੇ ਮੇਰੀਆਂ ਦਿਲੋਂ ਦੁਆਵਾਂ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਕੰਮ ਚੱਲਦਾ ਮੇਰੇ ਵੱਲੋਂ ਉਹਨਾਂ ਨੂੰ ਜ਼ਰੂਰ ਸਤਿ ਸ਼੍ਰੀ ਅਕਾਲ ਕਿਹੋ ਉੱਠ ਕੇ ਜੱਫੀ ਪਾ ਦਿਓ ਮੰਮੀ ਕੈਮਰਾ ਸ਼ਾਈ ਪਰਸਨ ਆ ਮੈਂ ਆਉਣਾ ਨਹੀਂ ਸੀ ਮੈਂ ਕਿਹਾ ਰਵਨੀਤ ਭਾਜੀ ਬੜੀ ਬੇਇੱਜ਼ਤੀ ਕਰਦੇ ਕੁੜੀਆਂ ਦੀ ਮੇਰੇ ਮੰਮਾ ਨੇ ਮੈਨੂੰ ਕਿਹਾ ਨਹੀਂ ਤੂੰ ਜਾਣਾ ਹੀ ਜਾਣਾ ਵਾ ਨਹੀਂ ਨਹੀਂ ਮੈਂ ਤਾਂ ਆਈ ਹਾਂ ਥੈਂਕ ਯੂ ਸੋ ਮੱਚ ਤੁਹਾਡੇ ਪਰਿਵਾਰਾਂ ਦਾ ਸਪੈਸ਼ਲ ਤੌਰ 'ਤੇ ਧੰਨਵਾਦ ਪਰਿਵਾਰਕ ਸ਼ੋਅ ਹੈ ਮੈਨੂੰ ਬਹੁਤ ਵਧੀਆ ਇਰਾਦਾ ਜਦੋਂ ਸ਼ੋਅ ਪਰਿਵਾਰ ਇਕੱਠਾ ਬਹਿ ਕੇ ਦੇਖਦਾ ਦੁਆਵਾਂ ਦਿੰਦਾ ਇਹਨਾਂ ਬੱਚਿਆਂ ਦੇ ਰਾਹੀਂ ਆਪਣੀਆਂ ਦੁਆਵਾਂ ਜਦੋਂ ਮੇਰੇ ਕੋਲ ਪਹੁੰਚਦੀਆਂ ਨੇ ਤਾਂ ਸੱਚੀ ਮੰਨੋ ਮੈਂ ਖੁਸ਼ ਹੋ ਜਾਂਦਾ ਸੋ ਥੈਂਕ ਯੂ ਸੋ ਮੱਚ ਦਿਲ ਦੀਆਂ ਗਹਿਰਾਈਆਂ 'ਚੋਂ ਤੁਹਾਡਾ ਬਹੁਤ ਸਾਰਾ ਧੰਨਵਾਦ ਸਾਰੇ ਪਰਿਵਾਰ ਦਾ ਧੰਨਵਾਦ ਵੀਰੇ ਇੱਕ ਫੋਟੋ ਚਾਹੀਦੀ ਸੀ ਮੈਨੂੰ ਲਿਆਓ ਕਿ ਮੈਂ ਮੰਮਾ ਨੂੰ ਦਿਖਾਉਣੀ ਫੋਨ ਕਿੱਥੇ ਤੁਹਾਡਾ Good afternoon sir. Haan ji good afternoon ji. My name is Rakhi. Rakhi. And I want to give you a challenge. Acha. Of tongue twister. Kada? Tongue twister. Acha acha acha. She shall down by the seashore. Hain? She shall. English to wahi meri unne ke number aaye hain pehla. Kitho rehnde ho tuhi? From Amritsar. Acha acha acha. ਪਰਿਵਾਰ 'ਚ ਕੌਣ ਤੁਹਾਡਾ ਤਕੜਾ ਬਿਜ਼ਨਸ ਹੋਣਾ ਕੋਈ ਨਹੀਂ ਹਾਂਜੀ ਜੁਆਇੰਟ ਫੈਮਿਲੀ ਹੈ ਅੱਛਾ ਅੱਛਾ ਤੁਸੀਂ ਵੀ ਇੰਗਲਿਸ਼ ਬੋਲਦੇ ਘਰੇ ਅੱਛਾ ਅੱਛਾ ਕੀ ਸ਼ੀ She sell down by the seashore. ਮੇਰੇ ਸੈੱਲ ਮੁੱਕ ਗਏ ਸਾਹਿਬ ਅੰਗਰੇਜ਼ੀ ਬੋਲ ਬੋਲ ਹੋਰ ਕੀ ਹਾਲ ਚਾਲ ਕੀ ਨਾਮ ਜੀ ਤੁਹਾਡਾ ਰਾਖੀ ਰਾਖੀ ਹੁਣ ਤੁਸੀਂ ਜਿਹੜਾ ਇਹ ਟੰਗ ਟੂ ਦਿੱਤਾ ਮੈਨੂੰ ਇੱਕੋ ਸਾਜ ਬੋਲ ਕੇ ਦੱਸ ਦਿਓ ਜੀ ਸ਼ੀ ਸੈਲ ਸੀ ਸ਼ੈਲ ਡਾਊਨ ਬਾਈ ਦ ਸੀ ਸ਼ੋਰ ਹਾਂ ਤੁਸੀਂ ਬੋਲੋ ਇੱਕੋ ਸਾਜ ਬੋਲੋ ਨਾ ਪੰਜ ਵਾਰੀ ਮੈਂ ਕੋ ਬੋਲਾ ਤੁਸੀਂ ਮੈਂ ਤੁਹਾਨੂੰ ਚੱਲ ਦਿੰਦਾ ਨਾਲੀ ਵਿੱਚ ਲੀਰ ਰੋੜੇ ਰੋੜ ਲੀਰੇ ਰੋੜ ਨਾਲੀ ਵਿੱਚ ਲੀਰ ਰੋੜੇ ਰੋੜ ਲੀਰੇ ਰੋੜ ਬੋਲੋ ਆਈ ਵਾਂਟ ਟੂ ਗਿਵ ਯੂ ਅ ਚੈਲੰਜ ਯੂ ਆਰ ਨਾਟ ਆਈ ਆਲਸੋ ਵਾਂਟ ਟੂ ਗਿਵ ਯੂ ਚੈਲੰਜ ਅੱਛਾ ਸਰ ਸੁਣੋ ਤੁਸੀਂ ਸਾਡੇ ਕੋ ਹੈਪੀਐਸਟ ਮੂਮੈਂਟ ਪੁੱਛਦੇ ਹੋ ਨਾ ਤੁਸੀਂ ਆਪਣਾ ਕੋਈ ਹੈਪੀਐਸਟ ਮੂਮੈਂਟ ਦੱਸ ਦਿਓ ਮੇਰਾ ਰੋਜ਼ ਹੀ ਹੁੰਦਾ ਨਹੀਂ ਕੋਈ ਸਪੈਸ਼ਲ ਸਪੈਸ਼ਲ ਮੈਂ ਹਰੇਕ ਕਾਲਜ ਸ਼ੂਟ ਕਰਨ ਜਾਂਦਾ ਤੇ ਮੈਨੂੰ ਬੜੀਆਂ ਸਾਰੀਆਂ ਦੁਆਵਾਂ ਮਿਲਦੀਆਂ ਮੇਰੇ ਲਈ ਹੈਪੀਐਸਟ ਮੂਮੈਂਟ ਤੁਸੀਂ ਸਾਰੇ ਹੈ ਕਿ ਨਹੀਂ ਅੱਜ ਵੀ ਮੇਰੇ ਲਈ ਹੈਪੀਐਸਟ ਮੂਮੈਂਟ ਤੁਸੀਂ ਸਾਰੇ ਮਿਲੇ ਇਹਨਾਂ ਦੇ ਮੰਮੀ ਜੀ ਨੇ ਦੁਆਵਾਂ ਦਿੱਤੀਆਂ ਚਲ ਇੱਕ ਵਾਰੀ ਸ਼ੀ ਸਰ
ਹਟਦੀ ਨਹੀਂ ਫਿਰ ਸ਼ੀ ਸੈਲਸ ਸੀ ਸ਼ੈਲਸ ਔਨ ਦਾ ਸੀ ਸ਼ੋਰ ਡਾਊਨ ਬਾਈ ਦਾ ਸੀ ਸ਼ੈਲ ਬੈ ਦਾ ਸੀ ਸ਼ੈਲ ਥੈਂਕ ਯੂ ਸੋ ਮਚ ਨੋ ਜਾਓ ਪਿੰਡ ਪਿੰਡ ਪਹੁੰਚ ਪਿੰਡ ਕਿਹੜਾ ਤੇਰਾ ਪਿੰਡ ਨਹੀਂ ਅੰਮ੍ਰਿਤਸਰ ਹੀ ਆ ਸ਼ਹਿਰ ਕਿੰਨੀ ਦੂਰ ਹੋਣਾ ਬਾਬਾ ਨਹੀਂ 10 ਮਿੰਟ ਰਸਤਾ ਜਾਓ ਫਿਰ 10 ਮਿੰਟ ਲੱਗਣਗੇ ਕਿ ਥੈਂਕ ਯੂ ਗੋਡ ਬlesਸ ਯੂ ਖੁਸ਼ ਰਹੋ ਚੜ੍ਹਦੀ ਕਲਾ ਚਰੋ ਚਲੋ ਜੀ ਸਪੈਸ਼ਲ ਐਪੀਸੋਡ ਪ੍ਰੋਇਸ ਸਾਡੇ ਨਾਲ ਹੈ ਔਰ ਥਰਡ ਸੈਗਮੈਂਟ ਦੇ ਜਿਹੜੇ ਵਿਨਰਸ ਹੈਗੇ ਨੇ ਪ੍ਰੋਇਸ ਵੱਲੋਂ ਚੁਣੇ ਗਏ ਨੇ ਮਿਸ ਕਾਲਸ ਇਹਨਾਂ ਕੋਲ ਮਿਲੀਆਂ ਸੀਗੀਆਂ ਔਰ ਰੈਂਡਮ ਜਿਹੜੇ ਚੁਣੇ ਗਏ ਨੇ ਪ੍ਰੋਇਸ ਵੱਲੋਂ ਯੂਨੀਕ ਕੋਡਸ ਦੇ ਰਾਹੀਂ ਉਹ ਅੱਗੇ ਮੈਡਮ ਦੱਸਣਗੇ ਸਾਡੇ ਪ੍ਰੋਇਸ ਐਕਸਲ ਥਰਡ ਰਾਊਂਡ ਦੇ ਯੂਨੀਕ ਕੋਡਸ ਮੇਰੇ ਕੋਲ ਆ ਚੁੱਕੇ ਨੇ ਸੋ ਥਰਡ ਰਾਊਂਡ ਦੇ ਵਿਨਰ ਇੱਕ ਇੱਕ ਕਰਕੇ ਆਪਣੇ ਗਿਫਟਸ ਲੈ ਲੈਣ ਸੋ ਇਹ ਸੀ ਸਾਡੇ ਫਾਈਨਲ ਔਰ ਲਾਸਟ ਰਾਊਂਡ ਦੇ ਵਿਨਰਸ ਸਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਰਾਊਂਡ ਦੇ ਵਿੱਚ ਪਾਰਟਿਸਪੇਟ ਕੀਤਾ ਐਂਡ ਇੱਕ ਵਾਰ ਫਿਰ ਤੋਂ ਸਾਰੇ ਵਿਨਰਸ ਨੂੰ ਮੈਂ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਫਿਰ ਤੋਂ ਪ੍ਰੋਇਸ ਐਕਸਲ ਜੋ ਹੈ ਰੈਗੂਲਰ ਦੇ ਮੁਕਾਬਲੇ ਜ਼ਿਆਦਾ ਬੈਟਰ ਪ੍ਰੋਇਸ ਐਕਸਲ ਲੌਂਗ ਲਾਸਟਿਕ ਪ੍ਰੋਟੈਕਸ਼ਨ ਗੋ ਲੌਂਗ ਥਰਡ ਸੈਗਮੈਂਟ ਦੇ ਵਿਨਰਸ ਨੂੰ ਬਹੁਤ ਸਾਰੀਆਂ ਮੁਬਾਰਕਾਂ ਪ੍ਰੋਇਸ ਦਾ ਥੈਂਕ ਯੂ ਜਿਨ੍ਹਾਂ ਨੇ ਗਿਫਟ ਹੈਂਪਰ ਦਿੱਤੇ ਬਹੁਤ ਵਧੀਆ ਵਧੀਆ ਔਰ ਸਾਡੇ ਸ਼ੋਅ ਦੇ ਵਿੱਚ ਜੁੜੇ ਨੇ ਸਾਡੇ ਸਪੌਂਸਰ ਐਜ਼ ਅ ਸਪੌਂਸਰ ਸੋ ਬਹੁਤ ਬਹੁਤ ਸਾਰਾ ਧੰਨਵਾਦ ਪ੍ਰੋਇਸ ਦਾ ਸਪੈਸ਼ਲ ਐਪੀਸੋਡ ਤੁਸੀਂ ਇੰਜੋਏ ਕਰ ਰਹੇ ਹੋ ਕਿਉਂਕਿ ਪ੍ਰੋਇਸ ਸਾਡੇ ਸਪੌਂਸਰ ਨੇ ਅਗਲੇ ਬੱਚੇ ਨੂੰ ਸਦਾ ਦਿੰਦੇ ਆ ਆਓ ਜੀ ਆਓ ਆਓ ਹੈਲੋ ਜੀ ਹੈਲੋ ਜੀ ਕੀ ਹਾਲ ਤੁਹਾਡਾ ਆਲ ਗੁੱਡ ਆਲ ਗੁੱਡ ਬੜੇ ਕਿਊਟ ਬਹੁਤ ਵੱਡੀ ਫੈਨ ਬੜੇ ਕਿਊਟ ਜਿਹਾ ਸ਼ੀਸ਼ਾ ਹੈਗਾ ਐਨਕ ਜਾਂਗੇ ਨਹੀਂ ਹੈਗਾ ਹੈਗਾ ਪੰਜ ਨੰਬਰ ਸੁਖਰਾ ਚਲੋ ਬਹੁਤ ਵਧੀਆ ਕੀ ਨਾਮ ਤੁਹਾਡਾ ਮੇਰਾ ਨਾਮ ਡਿੰਪਲ ਡਿੰਪਲ ਚਲੋ ਡਿੰਪਲ ਪੈਂਦੇ ਹੀ ਤੁਹਾਡੇ ਹਾਂਜੀ ਪਹਿਲਾਂ ਤਾਂ ਤੁਸੀਂ ਮੇਰੇ ਭੂਆ ਦਾ ਅੱਜ ਬਰਥਡੇ ਆ ਉਹ ਤੁਹਾਡੇ ਬਹੁਤ ਵੱਡੇ ਫੈਨ ਆ ਉਹਨਾਂ ਨੂੰ ਹਾਏ ਕਹਿ ਦਿਓ ਭੂਆ ਜੀ ਦਾ ਹਾਂਜੀ ਕਿੱਥੇ ਰਹਿੰਦੇ ਨੇ ਨਰੈਣਗੜ੍ਹ ਓਕੇ ਨਰੈਣਗੜ੍ਹ ਵਾਲੇ ਜਿਹੜੇ ਭੂਆ ਜੀ ਨੇ ਇਹਨਾਂ ਦੇ ਵੱਡੇ ਨੇ ਪਾਪਾ ਜੀ ਤੋਂ ਵੱਡੇ ਨੇ ਹਾਂਜੀ ਓਕੇ ਵੱਡੇ ਭੂਆ ਜੀ ਉਹਨਾਂ ਨੂੰ ਹੈਪੀ ਬਰਥਡੇ ਮੇਰੇ ਵੱਲੋਂ ਦੁਆਵਾਂ ਬਹੁਤ ਸਾਰੀਆਂ ਅੱਜ ਦੇ ਦਿੰਦੀਆਂ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖਣ ਤੰਦਰੁਸਤ ਰੱਖਣ ਚੰਗੀ ਸਿਹਤ ਬਖਸ਼ਣ ਤੇ ਸਰ ਮੇਰੇ ਬ੍ਰਦਰ ਨੂੰ ਵੀ ਹਾਏ ਕਹਿ ਦਿਓ ਹੈਲੋ ਹਾਏ ਟੂ ਯੂਅਰ ਬ੍ਰਦਰ ਕੀ ਨਾਮ ਉਹਨਾਂ ਦਾ ਨਮਰ ਗਿੱਲ ਨਮਰ ਗਿੱਲ ਨਮਰ ਗਿੱਲ ਵੀਰੇ ਨੂੰ ਹੈਲੋ ਹਾਏ ਹਾਂਜੀ ਤੇ ਸਰ ਮੈਂ ਤੁਹਾਡਾ ਹੀ ਗਾਣਾ ਤੁਹਾਨੂੰ ਸੁਣਾਉਣਾ ਚਾਹੂੰਗੀ ਸੁਣਾਓ ਜੀ ਤੇਰੇ ਬਾਹਰ ਦੇ ਵਿਚੋਲੇ ਹੁਣ ਗੇੜੇ ਕਦੋਂ ਹੋਣਗੇ ਸੁਨੇਹੇ ਜੱਟਾ ਤੇਰੇ ਫਿਰ ਪੁੱਛਣਾ ਤੂੰ ਕਿੱਥੇ ਮੇਰੀ ਲਾਡੋ ਤੇ ਮੈਂ ਕਹਿਣਾ ਚੋਰ ਲੈ ਗਿਆ ਕੀ ਬਾਤ ਹੈ ਲੱਖ ਲਾਨਤਾਂ ਵੀ ਜੱਟਾ ਤੇਰੇ ਪਿਆਰ ਤੇ ਵੀ ਆ ਕੇ ਜੇ ਕੋਈ ਹੋਰ ਲੈ ਗਿਆ ਲਾਨਤਾਂ ਜੱਟਾ ਤੇਰੇ ਪਿਆਰ ਤੇ ਵੀ ਆ ਕੇ ਜੇ ਕੋਈ ਹੋਰ ਲੈ ਗਿਆ ਥੈਂਕ ਯੂ ਸੋ ਮਚ ਸਰ ਮੇਰਾ ਨਾਮ ਕਾਜਲ ਕਾਜਲ ਜੀ ਕੀ ਸੁਣਾਓਗੇ ਜੀ ਸਰ ਮੈਂ ਗਾਣਾ ਤੁਹਾਡੇ ਲਈ ਸੁਣਾਓ ਸੁਣਾਓ ਕਾਜਲ ਜੀ ਸੁਣਾਓ ਕਦੇ ਤਾਂ ਤੂੰ ਆਵੀਂ ਗਾਵੀਂ ਉਸੇ ਚੁਰਾਹੇ 'ਚ ਜਿਹੜੇ ਸੀ ਚੁਰਾਹੇ ਤੇ ਹਾਂਜੀ ਗਿਆ ਸਾਨੂੰ ਛੱਡ ਕੇ ਉਹ ਜਾਂਦੀ ਵਾਰੀ ਪਿੱਠ ਵੀ ਘੁੰਮਾ ਕੇ ਕਦੇ ਤੱਕਿਆ ਨਾ ਖੜੇ ਰਹੇ ਲਾਕੇ ਆਸਾ ਅੱਖੀਆਂ ਨੂੰ ਤੰਗੀ ਕੋਈ ਸਾਡੇ ਨਾਲ ਨੇ ਜੀ ਸੋ ਸਪੌਂਸਰ ਵੱਲੋਂ ਬਹੁਤ ਹੀ ਪਿਆਰੀ ਜੀ ਗੇਮ ਹੈ ਜੀ ਉਹਦੇ ਨਾਲ ਬੱਚੇ ਵੀ ਐਂਟਰਟੇਨ ਹੋਣਗੇ ਸੋ ਉਹ ਗੇਮ ਦਾ ਨਜ਼ਾਰਾ ਲੈਂਦੇ ਹਾਂ ਜੀ ਇੰਜੋਏ ਕਰਦੇ ਹਾਂ ਦੇਖਿਓ ਜੀ ਕੋਈ ਸੀ ਵੱਲੋਂ ਇੱਕ ਛੋਟਾ ਜਿਹਾ ਗੇਮ ਹੈ ਇਹਦੇ ਵਿੱਚ ਕਰਨਾ ਕੀ ਹੈ ਸਾਡੇ ਕੋਲ ਦੋ ਬਕੇਟਸ ਹੋਣਗੀਆਂ ਜਿਹਦੇ ਵਿੱਚ ਦੋ ਟਾਈਪਸ ਦੇ ਬੈਲੂਨਸ ਹੈ ਇੱਕ ਹੈ ਰੈਗੂਲਰ ਬੈਲੂਨਸ ਜੋ ਕਿ ਛੋਟੇ ਹੈ ਔਰ ਇੱਕ ਹੈ ਐਕਸਲ ਸਾਈਜ਼ ਬੈਲੂਨ ਜੋ ਕਿ ਵੱਡੇ ਹੈ ਸੋ ਦੇਖਣਾ ਹੈ ਕਿ ਦੋ ਕੰਟੈਸਟੈਂਟਸ ਹੋਣਗੇ ਜਿਨ੍ਹਾਂ ਦੇ ਵਿੱਚੋਂ ਦੋਨੋਂ ਨੇ ਇਹ ਦੋਨਾਂ ਬੈਲੂਨਸ ਨੂੰ ਕੈਰੀ ਕਰਨਾ ਹੈ ਅਤੇ ਕੈਰੀ ਕਰਦੇ ਨਾਲ ਹੀ ਇਹਨਾਂ ਸਟੂਡੈਂਟਸ ਨੂੰ ਕ੍ਰੋਸ ਕਰਕੇ ਜਾਣਾ ਹੈ ਜੋ ਲਾਸਟ ਤੱਕ ਕ੍ਰੋਸ ਕਰਕੇ ਇੱਥੇ ਤੱਕ ਪਹੁੰਚੇਗਾ ਹੋਲਡ ਕਰੇਗਾ ਇਹ ਦੇਖਣਾ ਹੈ ਐਕਸਲ ਸਾਈਜ਼ ਹੋਲਡ ਕਰਦਾ ਹੈ ਜਾਂ ਰੈਗੂਲਰ ਸਾਈਜ਼ ਹੋਲਡ ਕਰਦਾ ਹੈ ਸੋ ਲੈਟਸ ਪਲੇ ਦ ਗੇਮ ਆਲ ਦ ਵੈਰੀ ਬੈਸਟ 1 2 3 ਸਟਾਰਟ ਰੈਗੂਲਰ ਸਾਈਜ਼ ਦੇ ਬੈਲੂਨਸ 2 ਹੈ ਜਦਕਿ ਐਕਸਲ ਸਾਈਜ਼ ਦੇ ਬੈਲੂਨਸ 5 ਹੈ ਸੋ ਇਸ ਲਈ ਇਹਦੇ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਰੈਗੂਲਰ ਸਾਈਜ਼ ਜੋ ਹੈ ਜ਼ਿਆਦਾ ਟਾਈਮ ਤੱਕ ਹੋਲਡ ਨਹੀਂ ਕਰ ਪਾਇਆ ਕੈਰੀ ਨਹੀਂ ਕਰ ਪਾਇਆ ਐਕਸਲ ਸਾਈਜ਼ ਦੀ ਕਪੈਸਿਟੀ ਜ਼ਿਆਦਾ ਹੈ ਉਹ ਕੈਰੀ ਕਰ ਪਾਏਗਾ ਸੋ ਇੱਦਾਂ ਹੀ ਸਾਡੇ ਪ੍ਰੋਇਸ ਪੈਡਸ ਹੈ ਜੋ ਰੈਗੂਲਰ ਦੇ ਮੁਕਾਬਲੇ ਜ਼ਿਆਦਾ ਕੈਰੀ ਕਰਦੇ ਨੇ 55 mm ਐਕਸਟਰਾ ਲਾਰਜ ਨੇ 90% ਮੋਰ ਅਬਜ਼ਰਵੈਂਟ ਨੇ ਅਤੇ ਮਿੰਨੀ ਪੈਕ ਵੀ ਤੁਸੀਂ ਟਰਾਈ ਕਰ ਸਕਦੇ ਹੋ ਜਸਟ ਫਾਰ ₹25 ਪ੍ਰੋਇਸ ਐਕਸਲ ਗੋ ਲੌਂਗ ਲੌਂਗ ਲਾਸਟਿਕ ਪ੍ਰੋਟੈਕਸ਼ਨ ਪ੍ਰੋਇਸ ਵੱਲੋਂ ਇਹਨਾਂ ਵਿਨਰਸ ਲਈ ਸਪੈਸ਼ਲ ਗਿਫਟ ਹੈਂਪਰਸ ਨੇ ਸੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਪ੍ਰੋਇਸ ਦੇ ਪੈਡ ਰੈਗੂਲਰ ਪੈਡ ਦੇ ਮੁਕਾਬਲੇ ਜ਼ਿਆਦਾ ਬੈਟਰ ਨੇ 55 mm ਐਕਸਟਰਾ ਲਾਰਜ ਨੇ 90% ਮੋਰ ਅਬਜ਼ਰਵੈਂਸ ਨੇ ਮਿੰਨੀ ਪੈਕ ਵੀ ਤੁਸੀਂ ਟਰਾਈ ਕਰ ਸਕਦੇ ਹੋ ਜਸਟ ਫਾਰ ਰੁਪੀਸ 25 ਪ੍ਰੋਇਸ ਐਕਸਲ ਗੋ ਲੌਂਗ ਲੌਂਗ ਲਾਸਟਿਕ ਪ੍ਰੋਟੈਕਸ਼ਨ ਬਹੁਤ ਜ਼ਬਰਦਸਤ ਗੇਮ ਰਹੀ ਜੀ ਗੇਮ ਦਾ ਤੁਸੀਂ ਨਜ਼ਾਰਾ ਲਿਆ ਹੁਣ ਪੇਸ਼ ਕਰਨਗੇ ਇੱਥੋਂ ਦੀਆਂ ਬੱਚੀਆਂ ਬਹੁਤ ਹੀ ਵਧੀਆ ਜਿਹਾ ਗਿੱਧਾ ਕੰਨ ਜਿਗਰੇ ਮਾਵਾਂ ਦੇ ਤੀਆਂ ਪਰਦੇਸ ਗਈਆਂ ਕੰਨ ਜਿਗਰੇ ਮਾਵਾਂ ਦੇ ਤੀਆਂ ਪਰਦੇਸ ਗਈਆਂ ਚੁੱਲ੍ਹੇ ਪਕਾਈਆਂ ਰੋਟੀਆਂ ਪੜੋਲੀ ਰਿੱਤ
ਕੀਤਾ ਜੀ ਗਿੱਧਾ ਸਾਰੇ ਬੱਚਿਆਂ ਨੇ। ਅਗਲੇ ਹਫ਼ਤੇ ਇੱਕ ਹੋਰ ਕਾਲਜ ਵਿੱਚ ਮਿਲਾਂਗੇ। ਕੀ ਵਾਚਿੰਗ ਕੰਟੀਨਿਊ ਮਡੀਰ ਸਪੈਸ਼ਲ ਐਪੀਸੋਡ, ਥੈਂਕਸ ਕਰਦੇ ਹਾਂ ਪ੍ਰੋਇਜ਼ ਦਾ, ਤੁਸੀਂ ਇੰਜੋਏ ਕੀਤਾ। ਕੰਟੀਨਿਊ ਮਡੀਰ ਇਜ਼ ਬਰੋਟ ਟੂ ਯੂ ਬਾਏ ਪ੍ਰੋਇਜ਼। ਅਗਲੇ ਹਫ਼ਤੇ ਇੱਕ ਨਵੇਂ ਕਾਲਜ ਵਿੱਚ ਮਿਲਾਂਗੇ। ਕੀ ਵਾਚਿੰਗ ਕੰਟੀਨਿਊ ਮਡੀਰ ਸ਼ੋਅ ਨੂੰ ਪਿਆਰ ਕਰਦੇ ਰਹੋ। ਰਵਨੀਤ ਵੱਲੋਂ ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ। ਥੈਂਕ ਯੂ ਸੋ ਮਚ, ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ। ਨਾਲ ਦੇ ਨਾਲ MH1 ਕੰਟੀਨਿਊ ਮਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ। ਸਤਿ ਸ਼੍ਰੀ ਅਕਾਲ ਜੀ।